ਗੌੜੀ ਕਬੀਰ ਜੀ ਨਾਰ ਰੜਾਏ ਲਿਖਿਆ ਮਹੱਲਾ ਪੰਜਵਾਂ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੈ ਬਿਰੋੜੈ ਨੀਰ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੈ ਬਿਰੋਲੈ ਨੀਰ ਰਹਾਉ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹੀਂਗੈ ਮਰੈ ਮਾਤਾ ਭੈਂਸਾ ਅਮੂਹਾ ਜਾਏ ਕੁਦ ਕੁਦ ਚਰੈ ਰਸਾ ਤਲ ਪਾਏ ਕਹੋ ਕਬੀਰ ਪ੍ਰਗਟ ਭਈ ਖੇਡ ਲੇ ਲੇ ਕੋ ਚੁੰਗੈ ਨਿਤ ਭੇਡ RAM ਰਮਤ ਮਤ ਪ੍ਰਗਟਈ ਕਹੋ ਕਬੀਰ ਗੁਰ ਸੋਜੀ ਪਾਈ ਰਾਮ ਰਮਤ ਮਤ ਪ੍ਰਗਟੀ ਆਈ ਕਹੋ ਕਬੀਰ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਪਾਵਨ ਸ਼ਬਦ ਦਾ ਆਪਾਂ ਹੁਣੇ ਹੀ ਪਾਠ ਸਰਵਣ ਕੀਤਾ ਹੈ ਇਹ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਗੌੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 326 ਦੇ ਉੱਪਰ ਸੁਭਾਈਮਾਨ ਹੈ ਜਿੰਨੇ ਵੀ ਸਰੋਤੇ ਗੁਰਬਾਣੀ ਸਮਝ ਕੇ ਪੜਨ ਵਾਲੇ ਨੇ ਜਿਹੜੇ ਗੁਰਬਾਣੀ ਦਾ ਪਾਠ ਦਰਸ਼ਨ ਕਰਦੇ ਨੇ ਗੁਰਬਾਣੀ ਨੂੰ ਆਪ ਪੜਦੇ ਨੇ ਸਮਝ ਕੇ ਖੋਜੀ ਵਰਤੀ ਨਾਲ ਉਹਨਾਂ ਨੂੰ ਤਾਂ ਇਸ ਗੱਲ ਦਾ ਭਲੀ ਭਾਂਤ ਪਤਾ ਹੋਏਗਾ ਪਰ ਜਿਨ੍ਹਾਂ ਨੇ ਸਿਰਫ ਬਾਹਰੀ ਤੌਰ ਤੇ ਨਮਸਕਾਰਾਂ ਕੀਤੀਆਂ ਨੇ ਪ੍ਰਕਰਮਾਂ ਕੀਤੀਆਂ ਨੇ ਉਹਨਾਂ ਵਾਸਤੇ ਇਹ ਵਿਸ਼ੇ ਥੋੜੇ ਜੇ ਔਖੇ ਲੱਗਦੇ ਨੇ ਕਿਉਂਕਿ ਪੜਿਆ ਨਹੀਂ ਹੈ ਆਪ ਨਮਸਕਾਰਾਂ ਕੀਤੀਆਂ ਨੇ ਪ੍ਰਕਰਮਾਂ ਕੀਤੀਆਂ ਨੇ ਪਰ ਅਸੀਂ ਰਮਾਲਾ ਚੱਕ ਕੇ ਕਦੀ ਆਪ ਨਹੀਂ ਪੜ ਕੇ ਵੇਖਿਆ ਵੀ ਗੁਰੂ ਸਾਹਿਬ ਜੀ ਨੇ ਐਡਾ ਵੱਡਾ ਸਾਨੂੰ ਖਜ਼ਾਨਾ ਪਰ ਉਸ ਕੀ ਦਿੱਤਾ ਹੋਇਆ ਹੁਣ ਤੁਸੀਂ ਵੇਖੋ ਇਹ ਸ਼ਬਦ ਦਾ ਜੋ ਸਰਲੇਖ ਹੈ ਗੌੜੀ ਕਬੀਰ ਜੀ ਕੀ ਨਾਰ ਰੜਾਏ ਲਿਖਿਆ ਮਾਲਾ ਪੰਜਵਾ ਹੁਣ ਇਹ ਸ਼ਬਦ ਦਾ ਜਿਹੜਾ ਸਰਲੇਖ ਹੈ ਤੁਸੀਂ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਲਾ ਇੱਕ ਐਸਾ ਸ਼ਬਦ ਹੈ ਜਿਹਦਾ ਸਰਲੇਖ ਬਿਲਕੁਲ ਨਵਿਕਲਾ ਅਲੱਗ ਹੈ ਵੱਖਰਾ ਹੈ ਜਿੱਥੇ ਕਬੀਰ ਜੀ ਵੀ ਆਇਆ ਤੇ ਨਾਲ ਮਾਲਾ ਪੰਜਵਾਂ ਵੀ ਆਇਆ ਹੁਣ ਤੁਸੀਂ ਵੇਖੋ ਇੱਥੇ ਤੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਬਹੁਤ ਵਧੀਆ ਕੰਮ ਕੀਤਾ ਜਦੋਂ ਉਹਨਾਂ ਨੇ ਦਰਪਣ ਪੁਥੀਆਂ ਲਿਖੀਆਂ ਨੇ ਤੇ ਉਹਨਾਂ ਦੇ ਵਿੱਚ ਜਦੋਂ ਇਹ ਸ਼ਬਦ ਆਉਂਦੇ ਨੇ ਉਹਨਾਂ ਦੇ ਨਾਲ ਨੋਟ ਦਿੱਤਾ ਹੋਇਆ ਹੈ ਬਕਾਇਦਾ ਕਿ ਇਹ ਸਰਲੇਖ ਦੱਸਦਾ ਹੈ ਕਿ ਇਹ ਸ਼ਬਦ ਕੱਲੇ ਭਗਤ ਕਬੀਰ ਜੀ ਦਾ ਨਹੀਂ ਹੈ ਇਹ ਸਰਲੇਖ ਦੱਸਦਾ ਇਹ ਸ਼ਬਦ ਕੱਲਾ ਭਗਤ ਕਬੀਰ ਜੀ ਦਾ ਨਹੀਂ ਹੈ ਇਹਦੇ ਵਿੱਚ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਵੀ ਇੱਕ ਬੰਦ ਹੈ ਹੁਣ ਤੁਸੀਂ ਵੇਖੋ ਜਦੋਂ ਇਹ ਸ਼ਬਦ ਨੂੰ ਆਪਾਂ ਧਿਆਨ ਨਾਲ ਪੜ੍ਹਦੇ ਆਂ ਤੇ ਇੱਥੋਂ ਗੱਲ ਸਮਝ ਆਉਂਦੀ ਵੀ ਕਿਹੜਾ ਬੰਦ ਗੁਰੂ ਅਰਜਨ ਸਾਹਿਬ ਦਾ ਹੋ ਸਕਦਾ ਹੈ ਇਸ ਸ਼ਬਦ ਵਿੱਚ ਹੁਣ ਤੁਸੀਂ ਵੇਖੋ ਇਹਦਾ ਤੀਸਰਾ ਬੰਦ ਹੈ ਤੀਸਰਾ ਬੰਦ ਇੱਥੇ ਸਮਾਪਤ ਹੋ ਜਾਂਦਾ ਕਉ ਕਬੀਰ ਪ੍ਰਗਟ ਭਈ ਖੇੜੇ ਲੇਲੇ ਕਉ ਚੁੰਗੇ ਨਿਤ ਪੇੜ ਜਦੋਂ ਵੀ ਭਗਤ ਸਹਿਬਾਨਾ ਦਾ ਗੁਰੂ ਸਹਿਬਾਨਾ ਦਾ ਕੋਈ ਸ਼ਬਦ ਆਉਂਦਾ ਹੈ ਤੇ ਵਾਸਤ ਵਿੱਚ ਅਖੀਰੀ ਤੋਕ ਵਿੱਚ ਉਹਦਾ ਨਾਮ ਆਉਂਦਾ ਹੈ ਜੇ ਗੁਰੂ ਸਹਿਬਾਨਾ ਵੱਲੋਂ ਉਚਾਰਨ ਕੀਤਾ ਹੈ ਤਾਂ ਉਥੇ ਖੀਰ ਤੇ ਨਾਨਕ ਨਾਮ ਜਰੂਰ ਆਏਗਾ ਉਹ ਸ਼ਬਦ ਆਖੀਲਾ ਬੰਦ ਹੁੰਦਾ ਹੈ ਹੁਣ ਇੱਥੇ ਆਪਾਂ ਵੇਖਿਆ ਕਿ ਤੀਸਰਾ ਬੰਦ ਇੱਥੇ ਕੰਪਲੀਟ ਹੋ ਗਿਆ ਹੈ ਮੁਕੰਮਲ ਹੋ ਗਿਆ ਕਉ ਕਬੀਰ ਪ੍ਰਗਟ ਪਈ ਖੇੜ ਲੇਲੇ ਕਉ ਚੁੰਗੇ ਨਿਤ ਪੇੜ ਹੁਣ ਇਥੋਂ ਗੱਲ ਸਿੱਧ ਹੁੰਦੀ ਵੀ ਇਥੇ ਤੀਜੇ ਬੰਦ ਤੱਕ ਭਗਤ ਕਬੀਰ ਜੀ ਦਾ ਸ਼ਬਦ ਹੈ ਜਿਹੜਾ ਚੌਥਾ ਬੰਦ ਹੈ RAM RAMAT MAT PRAGATI AAI KAUKABIR GUR SOJI PAI ਹੁਣ ਇਥੇ ਚੌਥੇ ਬੰਦ ਵਿੱਚ ਵੀ ਭਗਤ ਕਬੀਰ ਜੀ ਦਾ ਨਾਮ ਆ ਗਿਆ ਹੁਣ ਜਿਹੜਾ ਚੌਥੇ ਬੰਦ ਵਿੱਚ ਭਗਤ ਕਬੀਰ ਦਾ ਨਾਮ ਆ ਇਹ ਗੁਰੂ ਅਰਜਨ ਸਾਹਿਬ ਜੀ ਨੇ ਲਿਖਿਆ ਹੁਣ ਇਹ ਆਪਾਂ ਬਾਅਦ ਵਿੱਚ ਵਿਚਾਰਾਂਗੇ ਵੀ ਇਹ ਇੱਕ ਬੰਦ ਨਾਲ ਲਿਖਣ ਦੀ ਲੋੜ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂ ਪਈ ਇਹ ਕਿੰਨੇ ਸੋਹਣੇ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਜਿਵੇਂ ਕੋਈ ਦੁਨਿਆਵੀ ਬੰਦਾ ਕੋਈ ਕਵਿਤਾ ਲਿਖਦਾ ਹੈ ਤੇ ਦੂਜਾ ਬੰਦਾ ਉਸ ਕਵਿਤਾ ਨੂੰ ਆਪਣੇ ਪੇਜ ਤੇ ਪਾਉਂਦਾ ਜਾਂ ਆਪਣੀ ਕਿਤਾਬ ਵਿੱਚ ਪਾਉਂਦਾ ਤੇ ਉਹ ਇੰਨੀ ਕਿ ਇਮਾਨਦਾਰੀ ਜ਼ਰੂਰ ਵਰਦਾ ਵੀ ਉਸ ਰਾਈਟਰ ਦਾ ਉਸ ਕਵੀ ਦਾ ਜ਼ਰੂਰ ਵਿੱਚ ਨਾਮ ਲਿਖੇ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਸ ਬਾਣੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਕੋਲੋਂ ਕਰਵਾਈ ਹੈ ਤੇ ਉੱਥੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਜੀ ਨੂੰ ਲੋੜ ਪਈ ਹੈ ਉੱਥੇ ਇਦਾਂ ਉਹਨਾਂ ਨੇ ਇਹ ਕੰਮ ਕੀਤਾ ਹੁਣ ਤੁਸੀਂ ਲੇਖੋ ਕਈ ਸ਼ਬਦ ਆਪਾਂ ਨੂੰ ਗੁਰਬਾਣੀ ਵਿੱਚ ਇਦਾਂ ਦੇ ਮਿਲਦੇ ਸਲੋਕ ਮਿਲਦੇ ਆ ਜਿੱਥੇ ਭਗਤ ਫਰੀਦ ਦਾ ਸ਼ਲੋਕ ਹੈ ਨਾਲ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ ਭਗਤ ਫਰੀਦ ਦਾ ਸ਼ਲੋਕ ਹੈ ਕਬੀਰ ਜੀ ਦਾ ਸ਼ਲੋਕ ਹੈ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਤਾਂ ਉਹ ਇਹ ਤਰਤੀਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਦਿੱਤੀ ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਵਿਚਾਰ ਕੀਤੀ ਸੀ ਕਿ ਜਦੋਂ ਆਪਾਂ ਬਾਣੀ ਦੀ ਵਿਚਾਰ ਕਰ ਰਹੇ ਹਾਂ ਤਾਂ ਜਿਹਦੇ ਵਿੱਚ ਭਗਤਾਂ ਦੀ ਬਾਣੀ ਆਉਂਦੀ ਹੈ ਜਦੋਂ ਭਗਤਾਂ ਦੇ ਅਸੀਂ ਸ਼ਬਦ ਪੜ੍ਹਦੇ ਹਾਂ ਸ਼ਲੋਕ ਪੜਦੇ ਆ ਤਾਂ ਉਹ ਕਈ ਐਸੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਭਗਤ ਜਦੋਂ ਅਸੀਂ ਫਰੀਦ ਜੀ ਦੇ ਬਚਨ ਪੜਦੇ ਆ ਤਾਂ ਉਹਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਦਾ ਸ਼ਬਦ ਵੀ ਸੇਮ ਥੋੜੇ ਥੋੜੇ ਸ਼ਬਦਾਂ ਦਾ ਫਰਕ ਪਾ ਕੇ ਸੇਮ ਮਿਲਦਾ ਹੈ ਦਾ ਅਰਥ ਹੈ ਜਦੋਂ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਸ਼ਬਦ ਉਚਾਰਨ ਕਰ ਰਿਹਾ ਤੇ ਉਹਨਾਂ ਦੇ ਸਾਹਮਣੇ ਭਗਤ ਫਰੀਦ ਦਾ ਸ਼ਬਦ ਹੈ ਫਗਤ ਫ੍ਰੀਜ ਦੇ ਸ਼ਬਦ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਉਹ ਸ਼ਬਦ ਨਾਲ ਮਿਲਦਾ ਹੋਇਆ ਸ਼ਬਦ ਉਚਾਰਨ ਕੀਤਾ ਇਦਾਂ ਬਹੁਤ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਦਾਂ ਦੇ ਮਿਲ ਜਾਂਦੇ ਨੇ ਇਹ ਉਹਨਾਂ ਸਰੂਤਿਆਂ ਵਾਸਤੇ ਹੈ ਜਿਹੜੇ ਖੋਜੀ ਬਿਰਤੀ ਨਾਲ ਸਮਝ ਰੱਖ ਕੇ ਬਾਣੀ ਪੜਦੇ ਨੇ ਕੁਝ ਸਿੱਖਣਾ ਚਾਹੁੰਦੇ ਨੇ ਜਿਨ੍ਹਾਂ ਚ ਬਾਣੀ ਦਾ ਵਾਗੇ ਖੋਜੀ ਉਪਜੈ ਬਾਦੀ ਬਿੰਸੈ ਜਿਹੜੇ ਖੋਜੀ ਲੋਕ ਹੁੰਦੇ ਨੇ ਉਹ ਉਪਜਦੇ ਨੇ ਅੱਗੇ ਵਧਦੇ ਨੇ ਉਹ ਮਾਨਸਿਕ ਤੌਰ ਤੇ ਅੱਗੇ ਤਰੱਕੀ ਕਰਦੇ ਨੇ ਕੁਝ ਸਿੱਖਣ ਦੀ ਅੰਦਰ ਚਾਹਨਾ ਹੁੰਦੀ ਉਹਨਾਂ ਦੇ ਵੀ ਆ ਵੀ ਸਿੱਖੀਏ ਆ ਵੀ ਸਿੱਖੀਏ ਨਵੇਂ ਤੋਂ ਨਵਾਂ ਸਾਨੂੰ ਕੋ ਗਿਆਨ ਮਿਲੇ ਅਸੀਂ ਪੜ੍ਹੀਏ ਸਮਝੀਏ ਸਿੱਖੀਏ ਕਿਉਂਕਿ ਅਸੀਂ ਹੈ ਹੀ ਸਿੱਖਾਂ ਸਿੱਖਦਾਰ ਸੀ ਸਿੱਖਣਾ ਸਟੂਡੈਂਟਾਂ ਸੀ ਅਸੀਂ ਹਰ ਪਹਿਲੂ ਤੋਂ ਤੇ ਇਹ ਸਾਡੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ ਜਦੋਂ ਸਾਨੂੰ ਗੁਰਬਾਣੀ ਦੀ ਸੰਥਿਆ ਦਿੰਦੇ ਸੀ ਕਾਲਜ ਵਿੱਚ ਤਾਂ ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਜਦੋਂ ਅਸੀਂ ਆਪਣੇ ਉਸਤਾਦਾਂ ਕੋਲੋਂ ਪੜਿਆਏ ਅਸੀਂ ਵੀ ਇਹ ਗੱਲਾਂ ਸਿੱਖੇ ਨੇ ਵੀ ਤੁਸੀਂ ਮੰਨ ਲਓ ਕਿਸੇ ਰੇੜੀ ਤੋਂ ਕੋਈ ਪਕੌੜੇ ਲੈ ਕੇ ਖਾਦੇ ਨੇ ਕੋਈ ਮੂੰਫਲੀ ਲਈ ਹੈ ਕਿਸੇ ਕੋਲੋਂ ਮੰਨ ਲਓ ਉਹ ਤੁਹਾਨੂੰ ਕਿਸੇ ਲਫਾਫੇ 'ਚ ਪਾ ਕੇ ਦਿੰਦਾ ਹੈ ਕਿਸੇ ਪੇਪਰ 'ਚ ਪਾ ਕੇ ਦਿੰਦਾ ਹੈ ਤੇ ਕਹਿੰਦੇ ਇਦਾਂ ਦੀ ਬਿਰਤੀ ਪਾਉਣੀ ਚਾਹੀਦੀ ਵੀ ਤੁਸੀਂ ਉਹ ਜੋ ਖਾ ਲਿਆ ਜਿਹੜਾ ਪੇਪਰ ਹੈ ਤੁਹਾਡੇ ਹੱਥ ਵਿੱਚ ਉਹ ਵੀ ਪੜ ਕੇ ਤੁਸੀਂ ਉਹਨੂੰ ਸੱਟੋਂ ਪਾਸੇ ਵੀ ਐਵੇਂ ਤੁਹਾਨੂੰ ਲੱਗੇ ਵੀ ਤੁਸੀਂ ਹਰ ਇੱਕ ਚੀਜ਼ ਤੋਂ ਤੁਸੀਂ ਵੇਖ ਲੈ ਕਈਆਂ ਕਈਆਂ ਬੰਦੇ ਨੂੰ ਬੜੀ ਆਦਤ ਹੁੰਦੀ ਜਿੱਥੇ ਬਹਿਣੋ ਕੁਝ ਨਾ ਕੁਝ ਕੋਈ ਮੈਗਜ਼ੀਨ ਹੱਥ ਵਿੱਚ ਆ ਗਿਆ ਕੋਈ ਪੇਪਰ ਲੈ ਲਿਆ ਉਹ ਪੜਨ ਦੀ ਲਾਲਸਾ ਰੱਖਦੇ ਇਹ ਤੋਂ ਆਪੋ ਆਪਣੀ ਸੋਚ ਹੈ ਵੀ ਤੁਸੀਂ ਕਿੱਦਾਂ ਸਿੱਖਣਾ ਹੈ ਤੋ ਖੈਰ ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਆਂ ਵੀ ਅਸੀਂ ਸਿੱਖਾਂ ਸਿੱਖਦਾਰthi, ਸ਼ਖਿਆਰthi ਐ, ਸਟੂਡੈਂਟ ਐ, ਵਿਦਿਆਰਥੀ ਅਸੀਂ ਸਿੱਖਦੇ ਜਾਣਾ ਐ। ਤੋ ਆਪਾਂ ਗੱਲ ਕਰ ਰਹੇ ਸੀ ਵੀ ਇਸ ਸ਼ਬਦ ਦਾ ਜਿਹੜਾ ਸਰਲੇਖ ਐ ਹੁਣ ਇੱਥੇ ਵੇਖੋ ਤੁਸੀਂ ਗੌੜੀ ਕਬੀਰ ਜੀ ਕੀ ਭਗਤ ਕਬੀਰ ਜੀ ਦਾ ਸ਼ਬਦ ਐ ਗੌੜੀ ਜਾਗ ਵਿੱਚ ਪਰ ਨਾਲ ਲਿਖਿਆ ਨਾਰ ਰੜਾਏ ਲਿਖਿਆ ਮੱਲਾ ਪੜੇ। ਇੱਥੇ ਗੁਰੂ ਸਾਹਿਬ ਜੀ ਨੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇੱਥੇ ਸਰਲੇਖ ਇਹਨੇ ਸੋਹਣੇ ਤਰੀਕੇ ਨਾਲ ਵੱਜਿਆ। ਕਿ ਪਤਾ ਲੱਗ ਜਾਏ ਕਿ ਸ਼ਬਦ ਭਗਤ ਕਬੀਰ ਜੀ ਦਾ ਹੈ ਪਰ ਨਾ ਰਲਾਇ ਲਿਖਿਆ ਮੱਲਾ ਪੰਜਵਾ ਇਹਦੇ ਵਿੱਚ ਇਹ ਕੁਝ ਨਾ ਕੁਝ ਹਿੱਸਾ ਗੁਰੂ ਅਰਜਨ ਸਾਹਿਬ ਜੀ ਦਾ ਵੀ ਹੈ ਤੋਂ ਇਹ ਤੋਂ ਪਤਾ ਲੱਗਦਾ ਹੈ ਫਿਰ ਕਿਹੜਾ ਹਿੱਸਾ ਗੁਰੂ ਅਰਜਨ ਸਾਹਿਬ ਜੀ ਦਾ ਉਹ ਫਿਰ ਆਪਾਂ ਜਰੂ ਅੱਗੇ ਵਿਆਖਿਆ ਕਰਾਂਗੇ ਗੱਲ ਸਮਝ ਆ ਜਾਏਗੀ ਕਿ ਤੀਜੇ ਬੰਦ ਤੱਕ ਭਗਤ ਕਬੀਰ ਜੀ ਦਾ ਸ਼ਬਦ ਮੁਕੰਮਲ ਹੋ ਚੁੱਕਾ ਹੈ ਤੇ ਚੌਥਾ ਬੰਦ ਹੀ ਹੈ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਹੈ ਤੇ ਲੋੜ ਕਿਉਂ ਪਈ ਇਹ ਆਪਾਂ ਸ਼ਬਦ ਦੀ ਵਿਚਾਰ ਵਿੱਚ ਸਮਝਾਂਗੇ ਤੋਂ ਖੈਰ ਜੋ ਇਸ ਸ਼ਬਦ ਦਾ ਇਹ ਭਾਵ ਹੈ ਮੁੱਖ ਪਾਵ ਹੈ ਉਹ ਆਪਾਂ ਪਹਿਲਾਂ ਵਿਚਾਰਦੇ ਆ ਉਹ ਹੁੰਦਾ ਰਹਾਉ ਦੇ ਬੰਦ ਵਿੱਚ ਰਹਾਉ ਦੇ ਬੰਦ ਤੋਂ ਆਪਾਂ ਵਿਚਾਰ ਜਿਹੜੀ ਹੈ ਉਹ ਲੈਣੀ ਹੈ ਤਾਂ ਕਿ ਸਾਨੂੰ ਗੱਲ ਸਮਝ ਵਿੱਚ ਪੈ ਜਾਏ ਤੋਂ ਗੁਰਦੇਵ ਪਤਾ ਮਹਾਰਾਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਜਿਹੜੀ ਵਿਚਾਰ ਬਖਸ਼ਿਸ਼ ਕੀਤੀ ਹੈ ਤੋਂ ਧੰਨ ਗੁਰੂ ਅਰਜਨ ਸਹਿਬ ਮਾਰੇ ਨੂੰ ਜਦੋਂ ਇਹ ਸ਼ਬਦ ਦਾ ਸਰਵੇਖ ਵੱਧਾ ਹੈ ਤੋਂ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਵੇਖੋ ਗੌੜੀ ਕਬੀਰ ਜੀ ਕੀ ਨਾਰ ਲਾਏ ਲਿਖਿਆ ਮੱਲਾ ਪੰਜਵਾ ਤੇ ਹੁਣ ਸ਼ਬਦ ਕਿਉਂ ਆਰਾਮ ਹੁੰਦਾ ਹੈ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲਾ ਬਿਰੋਲਾ ਨੀਰ ਹੁਣ ਐਸੋ ਅਚਰਜ ਅਚਰਜ ਦਾ ਅਰਥ ਹੁੰਦਾ ਹੈ ਹੈਰਾਨ ਹੋਣਾ ਜਿਵੇਂ ਆਪਾਂ ਤੁਹਾਡੇ ਲਾਗੇ ਕੋਈ ਹੈਰਾਨੀ ਜਨਕ ਕੰਮ ਹੋਵੇ ਜਿਹੜਾ ਸਾਡੀ ਸੋਚ ਤੋਂ ਪਰੇ ਹੋਵੇ ਤੇ ਆਪਾਂ ਕਹਿੰਦੇ ਵੀ ਬੰਦਾ ਤੇ ਹੈਰਾਨ ਹੋ ਗਿਆ ਕਈ ਕੰਮ ਆਪਣੀ ਜ਼ਿੰਦਗੀ 'ਚ ਆਪਾਂ ਵੇਖਦੇ ਹਾਂ ਜਦੋਂ ਕੋਈ ਬੰਦਾ ਬਾਹਰ ਦੀਆਂ ਕੰਟਰੀਆਂ ਜਾਂਦਾ ਗੋਰਿਆਂ ਨੇ ਉੱਤੇ ਸਮੁੰਦਰ ਹੈ ਉੱਤੇ ਪਾਣੀ ਹੈ ਉਤੋਂ ਦੀ ਛਿਪ ਜਾ ਰਿਹਾ ਹੈ ਵਿਚੋਂ ਦੀ ਉਹਨਾਂ ਨੇ ਥੱਲੇੋਂ ਦੀ ਰੋਡ ਲੰਘਾਇਆ ਹੋਇਆ ਹੈ ਹੁਣ ਜਿਹੜਾ ਬੰਦਾ ਪਹਿਲੀ ਵਾਰੀ ਜਾਂਦਾ ਉਹ ਸੱਚੀ ਗੱਲ ਹੈ ਇਹੋ ਜਿਹੀ ਚੀਜ਼ਾਂ ਵੇਖ ਕੇ ਤੇ ਹੈਰਾਨ ਹੋ ਜਾਂਦਾ ਅਗਲੇ ਨਾਲ ਟੋਚਨਾ ਦੇ ਉੱਪਰ ਪੁਲ ਖੜਾ ਕੀਤਾ ਹੁਣ ਤੁਸੀਂ ਕਲਕੱਤੇ ਚਲੇ ਜਾਓ ਜਦੋਂ ਆਪਹਾਵੜੇ ਜਾਂਦੇ ਆ ਕਲਕੱਤੇ ਉੱਥੇ ਗੋਰਿਆਂ ਦੇ ਵਖਤ ਦਾ ਕੋ ਕਲਕੱਤਾ ਤੇ ਸਾਰਾ ਬਣਿਆ ਹੀ ਉਸ ਤਰੀਕੇ ਦਾ ਤੇ ਤੁਸੀਂ ਉੱਥੇ ਚਲੇ ਜਾਓ ਤੇ ਉੱਥੇ ਸਾਰਾ ਟੋਚਨਾ ਦੇ ਉੱਪਰ ਪੁਲ ਖੜਾ ਹੋਇਆ ਹੁਣ ਜਿਹੜਾ ਬੰਦਾ ਪਹਿਲੀ ਵਾਰੀ ਵੇਖਦਾ ਵੀ ਇਦਾਂ ਟੋਚਨਾ ਦੇ ਨਾਲ ਇਦਾਂ ਮਤਲਬ ਖਲੇ ਕੋ ਪਿੱਲਰ ਨਹੀਂ ਇਦਾਂ ਇੱਕ ਪੋੜ ਖਲਾ ਰਿਆ ਹੋਇਆ ਹੈ ਤੋ ਇਹ ਇਹ ਜਿਹੜਾ ਬੰਦਾ ਪਹਿਲੀ ਵਾਰੀ ਇਹ ਚੀਜ਼ਾਂ ਵੇਖਦਾ ਤੋ ਹੈਰਾਨ ਹੁੰਦਾ ਵੀ ਇਹ ਕਦਾਂ ਵੀ ਕਮਾਲ ਹੈ ਹੁਣ ਭਗਤ ਕਬੀਰ ਜੀ ਕਹਿੰਦੇ ਵੀ ਐਸੋ ਚਰਜ ਮੈਂ ਤੇ ਇੱਕ ਹੈਰਾਨ ਹੋਣ ਵਾਲਾ ਕੌਤਕ ਵੇਖਿਆ ਕਿਹੜਾ ਦੱਦ ਕੈ ਪੋਲੈ ਦੱਦ ਦੇ ਤੇ ਧੱਦੇ ਨੂੰ ਸਿਹਾਰੀ ਹੈ ਦੱਦ ਦਾ ਅਰਥ ਹੈ ਦਹੀਂ ਮੈਂ ਹੈਰਾਨ ਹੋਣ ਵਾਲਾ ਕੌਤਕ ਕੀ ਵੇਖਿਆ ਵੀ ਦਹੀਂ ਦੇ ਭਲੇਖੇ ਬਰੋਲਾ ਨੀਰ ਲੋਕ ਦਹੀਂ ਦੇ ਭਲੇਖੇ ਨੀਰ ਬਰੋ ਰਹਿ ਨੇ ਪਾਣੀ ਰੜਕ ਰਹਿ ਨੇ ਹੁਣ ਇਹ ਤੇ ਗੱਲ ਖੱਲੇ ਭਗਤ ਕਬੀਰ ਜੀ ਦੀ ਨਹੀਂ ਹੈ ਤੁਹਾਡੇ ਲਾਗੇ ਵੀ ਕੋਈ ਬੰਦਾ ਮਧਾਣੀ ਪਾ ਕੇ ਰੜਕ ਰਿਹਾ ਹੋਵੇ ਪਰ ਤੁਹਾਨੂੰ ਪਤਾ ਲੱਗ ਜਾ ਵੀ ਪਾਣੀ 'ਚ ਮਧਾਣੀ ਪਾ ਕੇ ਬੈਠਾ ਹੈ ਤੇ ਤੁਸੀਂ ਵੀ ਤੇ ਹੈਰਾਨ ਹੋ ਕੇ ਪੁੱਛੋਗੇ ਨਾ ਵੀ ਆ ਕੀ ਕਰ ਰਹੇ ਹੋ ਭਾਈ ਵੀ ਜੇ ਤੂੰ ਹੁਣ ਮਿਹਨਤ ਤੇ ਬਰਾਬਰੀ ਲੱਗਣੀ ਹੈ ਦਹੀਂ ਰੜਕਣ ਤੇ ਵੀ ਜ਼ੋਰ ਉਹਨਾਂ ਲੱਗਣਾ ਹੈ ਤੇ ਪਾਣੀ ਰੜਕਣ ਤੇ ਵੀ ਜ਼ੋਰ ਉਹਨਾਂ ਲੱਗਣਾ ਹੈ ਪਰ ਦੋਹਾਂ ਦੀ ਮਿਹਨਤ ਦੇ ਨਤੀਜੇ ਅਲੱਗ-ਅਲੱਗ ਨੇ ਜਦੋਂ ਦਹੀਂ ਰੜਕਾਂਗੇ ਉਹ ਚੋਕੀ ਨਿਕਲਣਾ ਸਾਰਿਆਂ ਨੂੰ ਪਤਾ ਹੈ ਦਹੀਂ ਰੜਕਣ ਤੋਂ ਬਾਅਦ ਉਹਦੇ ਵਿੱਚ ਮੱਖਣ ਦਾ ਪੇੜਾ ਆ ਜਾਣਾ ਹੈ ਲੱਸੀ ਪੀਣ ਦੇ ਕੰਮ ਆ ਜਾਣੀ ਹੈ ਜਿਹੜਾ ਮੱਖਣ ਹੈ ਉਹ ਤੁਸੀਂ ਗਰਮ ਕਰਕੇ ਕਿਉਂ ਬਣਾ ਲੈਣਾ ਹੈ ਦਹੀਂ ਖਾਣ ਦੇ ਕੰਮ ਹੀ ਹੁੰਦਾ ਬੜਾ ਕੁਝ ਹੈ ਜਦੋਂ ਆਪਾਂ ਦਹੀਂ ਦੇ ਵਿੱਚ ਮਧਾਣੀ ਪਾਵਾਂਗੇ ਉਹਦੇ ਵਿੱਚੋਂ ਮਿਹਨਤ ਕਰਾਂਗੇ ਮੱਖਣ ਨਿਕਲੇਗਾ ਲੱਸੀ ਨਿਕਲੇਗੀ ਪਰ ਪਾਣੀ ਪਾਣੀ ਚ ਮਧਾਣੀ ਪਾ ਕੇ ਕੀ ਨਿਕਲਣਾ ਹੁਣ ਇਹ ਇੱਕ ਦੁਨਿਆਵੀ ਐਗਜ਼ਾਮਪਲ ਹੈ ਹੁਣ ਹਰ ਇੱਕ ਨੂੰ ਜਿਹੜੇ ਬੰਦੇ ਕਿਤੇ ਬਾਣੀ ਸਮਝ ਤੋਂ ਬਾਹਰ ਜਿਹੜੇ ਕਹਿੰਦੇ ਬਾਣੀ ਸਮਝ ਨਹੀਂ ਆਉਂਦੀ ਇੱਕ ਜਨ ਸੁਧਾਰਨ ਬੰਦਾ ਜਿਹੜਾ ਇੱਕ ਸਕੂਲ ਵੀ ਨਹੀਂ ਗਿਆ ਬੰਦਾ ਜਿਹਨੂੰ ਜਿਹਦੇ ਵਾਸਤੇ ਕਾਲਾ ਅੱਖਰ ਭੈਂਸ ਬਰਾਬਰ ਹੈ ਉਹਨੂੰ ਵੀ ਇਸ ਗੱਲ ਦੀ ਸਮਝ ਹੈ ਵੀ ਪਾਣੀ 'ਚ ਮਧਾਣੀ ਪਾਇਆ ਕੋਈ ਫਾਇਦਾ ਨਹੀਂ ਦੇਹ 'ਚ ਮਧਾਣੀ ਪਾਉਣ ਦਾ ਕੋਈ ਲਾਭ ਹੈ ਹੁਣ ਤੇ ਜਮਾ ਸਵਾ ਬਦਲ ਗਿਆ ਪਹਿਲਾਂ ਘਰਾਂ ਵਿੱਚ ਮੱਝਾਂ ਗਾਵਾਂ ਵਾਧੂ ਸੀ ਘਰਾਂ ਵਿੱਚ ਦੋ ਦੋ ਚਟੀਆਂ ਦੇਂਵੀਆਉਣੀਆਂ ਸਵੇਰੇ ਮਧਾਨੀਆਂ ਚੱਲਣੀਆਂ ਮਾਵਾ ਘਰਾਂ ਚ ਭੈਣਾ ਆਪ ਹੱਥਾਂ ਦੇ ਨਾਲ ਹੁਣ ਤਾਂ ਮਸ਼ੀਨੀ ਯੋਗ ਆ ਗਿਆ ਉਹ ਇੱਕ ਐਕਸਰਸਾਈਜ਼ ਸੀ ਬਹੁਤ ਵੱਡੀ ਹੁਣ ਜਿਹੜੀ ਈਟੀ ਹੱਥ ਵਿੱਚ ਫੜ ਕੇ ਜਦੋਂ ਘਰ ਵਿੱਚ ਸਿਆਣੀਆਂ ਮਾਮਾ ਇਦਾਂ ਲੜਕਦੇ ਸੀ ਕਿੱਡੀ ਵੱਡੀ ਉਹਨਾਂ ਦੀ ਵਰਜਸ਼ ਹੁੰਦੀ ਸੀ ਨਾ ਬੀਪੀ ਡਾਊਨ ਹੋਣਾ ਨਾ ਬੀਪੀ ਘਟਣਾ ਨਾ ਬੀਪੀ ਵਧਣਾ ਤਾਂ ਖੈਰ ਇੱਕ ਅਲੱਗ ਵਿਸ਼ਾ ਜਿਹਨੂੰ ਕਿਸਾਨ ਖੇਤਾਂ ਚ ਬਲਦਾਂ ਮਗਰ ਤੁਰਦਾ ਇੱਕ ਏਕੜ ਜ਼ਮੀਨ ਜਦੋਂ ਵਹੋਂਦਾ ਹੈ ਤਾਂ ਕਿੰਨੇ ਵਾਰ ਉਹਨੂੰ ਬਲਦਾਂ ਮਗਰ ਘੁੰਮਣਾ ਪੈਂਦਾ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰ ਲੈਂਦਾ ਹੁਣ ਜਦੋਂ ਪੈਰਾਂ 'ਚ ਉਹਦੇ ਢੀਮਾ ਵਜਣੀਆਂ ਇਹ ਨੇ ਐਕੂ ਪ੍ਰੈਸ਼ਰ ਹੋਣਾ ਬ੍ਰੇਨ ਤੱਕ ਉਹਦੀ ਐਕਸਰਸਾਈਜ਼ ਹੋਣੀ ਹੈ ਕਿਦਾਂ ਉਹ ਤੇ ਪਮ ਦੇਸੀ ਘੋਦਾ ਛੰਨਾ ਉੱਤੇ ਪੀ ਜਾਏ ਹੁਣ ਉਹਨੂੰ ਕਿਸੇ ਜਿਮ ਜਾਣ ਦੀ ਲੋੜ ਹੈ ਉਹਨੂੰ ਸੇਰੇ ਉੱਠ ਕੇ ਕੋਈ ਵਾਕ ਕਰਨ ਦੀ ਲੋੜ ਹੈ ਉਹਦੀ ਤੇ ਵਾਕ ਉਹਦੀ ਤੇ ਐਕਸਰਸਾਈਜ਼ ਆਪਣੇ ਆਪ ਹੀ ਹੋ ਗਈ ਹੈ ਉਹ ਤਾਂ ਵੀ ਤਾਈਓ ਤਾਂ ਪੁਰਾਣੇ ਸਮੇਂ ਚ ਅਗਲੇ ਸ਼ਕਰ ਚ ਘੋਪਾ ਪਾ ਕੇ ਵੀ ਪੀ ਲੈਂਦੇ ਸੀ ਹੁਣ ਤਾਂ ਹਰ ਚੀਜ਼ ਵਿੱਚ ਸੋਹਲ ਪੁਣਾ ਆ ਗਿਆ ਜਿਹਨੂੰ ਅਸੀਂ ਕਈ ਵਾਰੀ ਅਮੀਰੀ ਕਹਿ ਦਿੰਨੇ ਆ ਅਮੀਰੀ ਨਹੀਂ ਹੈ ਹੁਣ ਉਹ ਤੇ ਉਲਟਾ ਕੰਮ ਹੈ ਪੁਰਾਣੇ ਸਮੇਂ ਚ ਬੰਦੇ ਕੋਲ ਜੇ ਚੀਜ਼ਾਂ ਤਗੜੀਆਂ ਸੀ ਤੇ ਬੰਦਰੀ ਸਿਹਤ ਵੀ ਬੜੀ ਵਧੀਆ ਸੀ। ਕਈ ਵਾਰੀ ਸਮਾਂ ਵੀ ਐਸਾ ਸੀ ਕਿ ਬੰਦੇ ਨੂੰ ਖਾਣ ਲਈ ਵੀ ਕੁਝ ਨਹੀਂ ਸੀ ਮਿਲਦਾ। ਅੱਜ ਕੱਲ ਤਾਂ ਸਭ ਕੁਝ ਹੈ ਪਰ ਹੱਥ ਵੱਧੇ ਹੋਏ ਨੇ। ਵੀ ਆ ਵੀ ਨਹੀਂ ਖਾਣਾ, ਆ ਵੀ ਨਹੀਂ ਖਾਣਾ, ਆ ਵੀ ਨਹੀਂ ਖਾਣਾ। ਵਜ੍ਹਾ ਕੀ ਹੈ ਕਿ ਅੱਜ ਬੰਦੇ ਦੀ ਐਕਸਰਸਾਈਜ਼ ਘਟ ਗਈ ਹੈ। ਬੰਦਾ ਹਿਲਜੁਲ ਨਹੀਂ ਪਾ ਰਿਹਾ। ਬੰਦੇ ਦੀ ਮਿਹਨਤ ਘਟ ਗਈ ਹੈ। ਤੋਂ ਪਹਿਲਾਂ ਸਮਿਆਂ ਦੇ ਵਿੱਚ ਕੰਮ ਹੀ ਮਿਹਨਤ ਸੀ। ਕੰਮ ਹੀ ਮਿਹਨਤ ਸੀ ਬੰਦੇ ਦੀ। ਫਰਕ ਹੈ ਨਾ ਬੰਦਰੀ ਸੋਚ ਹੈ। ਹੁਣ ਗਰੀਬ ਬੰਦਾ ਸਾਈਕਲ ਤੇ ਜਾਂਦਾ ਉਹਨੂੰ ਅਸੀਂ ਤਰਸਦੇ ਰੋ ਰਹੇ ਨੇ ਕਾਰ ਹੈ ਨਹੀਂ ਬੰਦੇ ਕੋਲ। ਅਮੀਰ ਬੰਦਾ ਸ਼ੌਂਕ ਨਾਲ ਸਾਈਕਲ ਚਲਾ ਰਿਹਾ ਚਲਾ ਤੇ ਉਹ ਵੀ ਰਿਹਾ ਹੈ ਉਹ ਲੱਭਦਾ ਫਿਰਦਾ ਸਾਈਕਲ ਆ ਲਾਕਡਾਊਨ ਦੇ ਵਿੱਚ ਸਭੂ ਸਾਈਕਲ ਮਹਿੰਗੇ ਹੋ ਗਏ ਨੇ ਜਿਹੜੇ ਸਾਈਕਲ ਨਹੀਂ ਉਹ ਤੇ ਮਹਿੰਗੇ ਹੋ ਗਏ ਤੁਸੀਂ ਵੇਖੋ ਗਰੀਬ ਬੰਦਾ ਸਾਈਕਲ ਚਲਾਉਂਦਾ ਆਪਾਂ ਬਨੇ ਗਰੀਬ ਹੈ ਕਾਰ ਹੈ ਨਹੀਂ ਗਈ ਨਾ ਦੇ ਕੋਲ ਕੋ ਬਾਈਕ ਨਹੀਂ ਹੈ ਗਈ ਸਾਈਕਲ ਤੇ ਜਾ ਰਿਹਾ ਤੇ ਅਮੀਰ ਬੰਦੇ ਜਿਹੜੇ ਉਹ ਤੁਸੀਂ ਵੇਖੋ ਗੱਡੀਆਂ ਢਾਕੇ ਤੇ ਸਾਈਕਲ ਦੇ ਉੱਤੇ ਉਹ ਉਹ ਘੁੰਮ ਰਹੇ ਨੇ ਮਤਲਬ ਸੋਚ ਹੈ ਨਾ ਹੁਣ ਉਹਨੂੰ ਅਸੀਂ ਗਰੀਬ ਕਹਿੰਨੇ ਨੂੰ ਕਹਿੰਦੇ ਤੇ ਸ਼ੌਂਕ ਹੈ ਜੀ ਇਹਦਾ ਇਹ ਤੇ ਸ਼ੌਂਕ ਹੈ ਜੀ ਤਾਂ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਮੇਨ ਆਪਾਂ ਗੱਲ ਇਹ ਕਰ ਰਹੇ ਆਂ ਵੀ ਹੈਰਾਨ ਉੱਥੇ ਹੁੰਦਾ ਬੰਦਾ ਜਿੱਥੇ ਤੁਹਾਡੀ ਸੋਚ ਤੋਂ ਪਰੇ ਦੀ ਗੱਲ ਵੀ ਹੈਰਾਨੀ ਜਨਕ ਕੰਮ ਹੋਵੇ ਵੀ ਦਹੀਂ ਦੇ ਭਲੇਕੇ ਕੋ ਪਾਣੀ ਚ ਮਧਾਣੀ ਪਾ ਕੇ ਬੈਠਾ ਤੇ ਹੈਰਾਨ ਤੇ ਉਹਨੇ ਦਰਦ ਕੇ ਭੋਲੇ ਬਿਰੋਲੇ ਨੀਰ ਹੁਣ ਆਪਾਂ ਇੱਥੇ ਗੁਰਮਤ ਦੇ ਮੁਤਾਬਕ ਵੇਖਣਾ ਵੀ ਦਹੀਂ ਕੀ ਹੈ ਤੇ ਪਾਣੀ ਕੀ ਹੈ ਜਦੋਂ ਅਸੀਂ ਬਾਣੀ ਦੇ ਮੁਤਾਬਕ ਵੇਖਦੇ ਆਂ ਦਹੀਂ ਦਾ ਅਰਥ ਹੈ ਗੁਰੂ ਦੀ ਮਤ ਧਿਆਨ ਨਾਲ ਸੁਣਨੇ ਸੌਖਾ ਸਮਝ ਲਈ ਆਪਾਂ ਜਿਹੜੀ ਗੁਰੂ ਦੀ ਮਤ ਹੈ ਗੁਰੂ ਦੀ ਸਿੱਖਿਆ ਵਾ ਇਹ ਆ ਦਹੀਂ ਗੁਰੂ ਦੀ ਸਿੱਖਿਆ ਮੁਤਾਬਕ ਗੁਰੂ ਦੀ ਮਤ ਮੁਤਾਬਕ ਜੀਵਨ ਜਿਊਵਾਂਗੇ ਵਿੱਚੋਂ ਕੁਝ ਨਿਕਲੇਗਾ ਕੋ ਪ੍ਰਾਪਤੀ ਹੋਏਗੀ ਤੇ ਮਨ ਦੀ ਮਤ ਕੀ ਹੈ ਪਾਣੀ ਹੁਣ ਉਹਨੇ ਸੌਖਾ ਆਪਣੇ ਆਪ ਤੁਸੀਂ ਘਰਾਂ ਚ ਬੈਠੇ ਜਵਾਬ ਦਿਓ ਆਪਾਂ ਕਹਾਂਗੇ ਬੰਦਾ ਕੋ ਐਡਾ ਕੋ ਬੰਦਾ ਬੇਵਕੂਫਾ ਪਾਣੀ ਚ ਮਧਾ ਨਹੀਂ ਪਾਏਗਾ ਜਵਾਬ ਇਹ ਹੋਏਗਾ ਨਾ ਵੀ ਐਦਾਂ ਕਿਦਾਂ ਹੋ ਸਕਦਾ ਭਗਤ ਕਬੀਰ ਜੀ ਕਹਿੰਦੇ ਤੂੰ ਬੰਦਾ ਪਾਣੀ ਚ ਮਧਾ ਨਹੀਂ ਪਾ ਕੇ ਬੈਠਾ ਪਰ ਜਿਸ ਐਂਗਲ ਤੋਂ ਗੱਲ ਭਗਤ ਕਬੀਰ ਜੀ ਨੇ ਕੀਤੀ ਆ ਸੌਖੀਆਂ ਸਮਝ ਆ ਜਾਣੀਆਂ ਦਈ ਕੀ ਹੈ ਗੁਰੂ ਦੀ ਮਤ ਦਹੀਂ ਕੀਆ ਗੁਰੂ ਦੀ ਸਿੱਖਿਆ ਦਹੀਂ ਕੀਆ ਗੁਰੂ ਦਾ ਉਪਦੇਸ਼ ਗੁਰੂ ਦੀ ਮਤ ਲਈ ਹੈ ਗੁਰੂ ਦੀ ਮਤ ਮੁਤਾਬਕ ਜੀਵਨ ਜਿਊਵਾਂਗੇ ਵਿੱਚੋਂ ਕੁਝ ਨਿਕਲੇਗਾ ਕੀ ਨਿਕਲੇਗਾ ਜੀਵਨ ਦੀ ਪ੍ਰਾਪਤੀ ਹੋਏਗੀ ਸਬਰ ਦਇਆ ਧਰਮ ਆਦਕ ਦੇਵੀ ਗੁਣ ਇਹਦੀ ਪ੍ਰਾਪਤੀ ਹੋਏਗੀ ਜੀਵਨ ਖੂਬਸੂਰਤ ਬਣੇਗਾ ਮਨ ਦੀ ਮਤ ਮਨ ਦੀ ਭੈੜੀ ਮਤ ਇਹ ਆ ਪਾਣੀ ਇਹਦੇ ਤੋਂ ਕੀ ਨਿਕਲੇਗਾ ਕੱਖ ਬਣੀ ਛੁਆਇ ਖੱਜੜ ਖਵਾਰੀ ਤੋਂ ਕੁਝ ਵੀ ਨਿਕਲਣਾ ਚਲੋ ਬੰਨ ਦਾ ਪ੍ਰਮਾਣ ਲੈ ਲੀਏ ਸੋਖਿਆਂ ਪੰਡਿਤ ਦਹੀਂ ਬਲੋਈਏ ਭਾਈ ਪੰਡਤ ਅਰਥ ਬੋਦੀ ਧੋਤੀ ਵਾਲਾ ਨਹੀਂ ਹੈ ਪੰਡਤ ਮੀਨਿੰਗ ਵਿਚਾਰਵਾਨ ਉਹ ਕੋਈ ਦਮਾਲੇ ਵਾਲਾ ਹੋ ਸਕਦਾ ਪੱਗ ਵਾਲਾ ਹੋ ਸਕਦਾ ਹੈ ਪੈਂਟ ਕਮੀਜ਼ ਵਾਲਾ ਹੋ ਸਕਦਾ ਹੈ ਚੋਲੇ ਵਾਲਾ ਹੋ ਸਕਦਾ ਹੈ ਧੋਤੀ ਬੋਦੀ ਵਾਲਾ ਹੋ ਸਕਦਾ ਹੈ ਕੋਈ ਸੁਨਣਤ ਵਾਲਾ ਹੋ ਸਕਦਾ ਹੈ ਕਿਸੇ ਮਜਬਨਾ ਕੁੱਕਰ ਕੋਈ ਵੀ ਹੋ ਸਕਦਾ ਹੈ ਜਿਹੜਾ ਵੀ ਮਨ ਦੀ ਮਤ ਛੱਡ ਕੇ ਮਨ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਛੱਡ ਕੇ ਮਨ ਦੀ ਮਤ ਨੂੰ ਤਰਜੀ ਦੇ ਰਿਹਾ ਕੋਈ ਵੀ ਹੋ ਸਕਦਾ ਕਹਿੰਦੇ ਪੰਡਤ ਦਹੀਂ ਬਲੋਈਏ ਭਾਈ ਹੈ ਵਿਚਾਰਵਾਨ ਬੰਦੇ ਦਹੀਂ ਨੂੰ ਰਿੜਕੀਏ ਵਿੱਚੋਂ ਨਿਕਲੇ ਤਤ ਵਿੱਚੋਂ ਇਹ ਤਤ ਨਿਕਲੇਗਾ ਪ੍ਰਾਪਤੀ ਹੋਏਗੀ ਕੁਝ ਪਰ ਜਲ ਮਥੀਏ ਜਲ ਦੇਖੀਏ ਭਾਈ ਇਹ जग ਇਹਾ ਵਤ ਜਲ ਮਥਾਂਗੇ ਜਲ ਰੜਕਾਂਗੇ ਤੇ ਜਾਲੀ ਦੇਖਾਂਗੇ ਹੁਣ ਵੇਖੋ ਜਦੋਂ ਦਹੀਂ ਚ ਮਧਾਣੀ ਪਾਈ ਸੀ ਉਦੋਂ ਦਹੀਂ ਦਾ ਰੂਪ ਪੂਰ ਸੀ ਜਦੋਂ ਮਧਾਣੀ ਪੈ ਗਈ 10-15 ਮਿੰਟਾਂ ਬਾਅਦ ਹੁਣ ਰੂਪ ਉਹ ਨਹੀਂ ਹੈਗਾ ਹੁਣ ਦਹੀਂ ਥੋੜਾ ਹੈਗਾ ਹੁਣ ਤੁਸੀਂ ਦਹੀਂ ਕਹੋਗੇ ਉਹਨੂੰ ਫਰਕ ਵੇਖੋ ਜਦੋਂ ਚਾਟੀ ਵਿੱਚ ਦਹੀਂ ਪਾਇਆ ਸੀ ਉਦੋਂ ਦਹੀਂ ਸੀ ਉਹਦਾ ਨਾਂ ਦਹੀਂ ਸੀ ਪਰ ਜਦੋਂ ਉਸ ਤੇ ਮਧਾਣੀ ਪੈ ਗਈ ਮਧਾਣੀ ਨੇ ਉਹਦੀਆਂ ਫੁੱਟੀਆਂ ਭੰਤੀਆਂ ਉਹਨੂੰ ਰਿੜਕ ਦਿੱਤਾ ਰਿੜਕਣ ਤੋਂ ਬਾਅਦ ਹੁਣ ਉਹਦਾ ਨਾਂ ਦਹੀਂ ਥੋੜਾ ਹੈ ਹੁਣ ਉਹਦਾ ਨਾਮ ਚੇਂਜ ਹੋ ਗਿਆ ਹੁਣ ਹੁਣ ਫਰਕ ਪੈ ਗਿਆ ਹੁਣ ਉਹਨੂੰ ਆਪਾਂ ਮੱਖਣ ਕਵਾਂਗੇ ਹੁਣ ਲੱਸੀ ਕਵਾਂਗੇ ਮਨ ਲਓ ਤੁਸੀਂ ਇਦਾਂ ਹੈ ਭਾਵੇਂ ਉਹ ਉਹਨਾਂ ਦਾ ਮੂਲ ਰੂਪ ਏ ਕੀ ਹੈ ਪਰ ਹੁਣ ਨਾਮ ਉਹ ਨਹੀਂ ਹੈ ਹੁਣ ਤੁਸੀਂ ਇਦਾਂ ਕਹੋ ਇਦਾਂ ਘਰ ਚ ਕਹਿ ਸਕਦੇ ਲੱਸੀ ਹੈਗੀ ਪਰ ਦਹੀਂ ਬੋ ਗਿਆ ਦਹੀਂ ਹੈਗਾ ਲੱਸੀ ਮੋ ਗਈ ਹੈ ਮੰਨ ਲਓ ਤੇ ਆ ਨਾ ਸੁਣਿਆ ਇਸ ਗੱਲ ਨੂੰ ਹੁਣ ਜਦੋਂ ਚਾਟੀ ਚ ਪਾ ਸੀ ਉਦੋਂ ਦਹੀਂ ਹੈ ਵਿੱਚ ਮਧਾਣੀ ਪਾਤੀ ਹੁਣ ਉਹਦਾ ਰੂਪ ਦਹੀਂ ਨਹੀਂ ਰਿਹਾ ਹੁਣ ਉਹਦੀਆਂ ਫੁੱਟੀਆਂ ਭੱਜ ਗਈਆਂ ਹੁਣ ਮੱਖਣ ਤੇ ਲੱਸੀ ਹੋ ਗਿਆ ਪਰ ਪਾਣੀ ਨੂੰ ਜਦੋਂ ਪਹਿਲਾਂ ਮਧਾਣੀ ਚ ਚਾਟੀ ਚ ਪਾ ਕੇ ਦਾ ਪਾਣੀ ਜਦੋਂ ਉਹਨੂੰ ਪਹਿਲਾਂ ਮਧਾਣੀ ਰੱਖੀ ਸੀ ਪਹਿਲਾਂ ਵੀ ਪਾਣੀ ਸੀ ਤੇ ਅੱਧੇ ਪੌਣੇ ਘੰਟੇ ਬਾਅਦ 2 ਘੰਟੇ ਬਾਅਦ ਵੀ ਉਹ ਪਾਣੀ ਹੈ ਨਹੀਂ ਚੇਂਜ ਹੋਇਆ ਨਾ ਬਸ ਆ ਫਰਕ ਹੈ ਜਦੋਂ ਮੈਂ ਇਹੋ ਫਰਕ ਹੈ ਕਿ ਬੰਦਾ 30 ਸਾਲ ਤੋਂ ਪਹਿਲਾਂ ਵੀ ਪਾਣੀ ਦੀ ਮਧਾਣੀ ਪਾ ਕੇ ਬਿਠਾ ਸੀ ਪਹਿਲਾਂ ਵੀ ਪਾਣੀ ਸੀ ਹੁਣ ਵੀ ਪਾਣੀ ਹੈ ਗੁਰੂ ਦੀ ਬਾਣੀ ਮੁਤਾਬਕ ਗੁਰੂ ਦੀ ਮਾਤਮ ਮੁਤਾਬਕ ਬਾਬਾ ਲੈਣਾ ਜਦੋਂ ਬਾਬਾ ਲੈਣਾ ਜੀ ਗੁਰਨਾਥ ਸਾਹਿਬ ਕੋ ਗਏ ਸੀ ਪਹਿਲਾਂ ਦਹੀਂ ਸੀ ਜਦੋਂ ਰੜਕਿਆ ਗੁਰਨਾਨ ਦੇਵ ਜੀ ਨੇ 1532 ਤੋਂ ਲੈ ਕੇ 1539 ਤੱਕ ਹੁਣ ਦਹੀਂ ਥੋੜਾ ਲੈ ਕੇ ਹੁਣ ਤੇ ਮੱਖਣ ਵਿੱਚੋਂ ਨਿਕਲੇ ਤਾਂ ਫਿਰ ਲੈਣੇ ਸੀ ਅੰਗਦ ਅੰਗਸੇ ਅੱਲਾ ਕਰ ਦਿਆ ਭਾਈ ਮੰਜ ਭਾਈ ਪਾਰੋ ਜੀ ਕਿੰਨੇ ਸਿੱਖਾਂ ਦੀ ਸਾਡੇ ਸਾਹਮਣੇ ਉਦਾਹਰਨਾਂ ਹੋਣਗੀਆਂ ਕਿੰਨੀਆਂ ਐਗਜ਼ਾਮਪਲਾਂ ਸਮਾਜੋਂ ਮਿਲਣਗੀਆਂ ਫਰਕ ਵੇਖੋ ਜਿਵੇਂ ਆਪਾਂ ਬੱਚੇ ਬਾਰੇ ਐਗਜ਼ਾਮਪਲ ਦਿੰਨੇ ਬੱਚਾ ਜਦੋਂ ਪਹਿਲੇ ਦਿਨ ਸਕੂਲ ਗਿਆ ਸੀ ਉਸ ਦਿਨ ਦਾ ਰੂਪ ਹੋਰ ਸੀ ਦੂਜੇ ਦਿਨ ਹੋਰ ਰੂਪ ਸੀ ਤੀਜੇ ਦਿਨ ਹੋਰ ਰੂਪ ਸੀ 10 ਸਾਲ ਇੱਕ ਸਕੂਲ ਜਾਣ ਤੋਂ ਬਾਅਦ ਉਹਦਾ ਰੂਪ ਚੇਂਜ ਹੋ ਗਿਆ ਜਾਨ ਕਿ ਜਦੋਂ ਪਹਿਲੇ ਦਿਨ ਗਿਆ ਸੀ ਉਸ ਦਿਨ ਜੋ ਗਿਆ ਸੀ ਹੁਣ ਉਹ ਨਹੀਂ ਹੈਗਾ ਹੁਣ ਹੁਣ ਤਾਂ ਟੀਚਰ ਨੂੰ ਵੀ ਕੁਐਸਚਨ ਕਰਦਾ ਇਹਦਾ ਮਤਲਬ ਹੁਣ ਉਹ ਦਹੀਂ ਤੋਂ ਅੱਗੇ ਮੱਖਣ ਕਈ ਰੂਪ ਬਣ ਗਏ ਉਹਦੇ ਇਧਰ ਗੁਰਦੁਆਰੇ ਜਾਣ ਵਾਲਾ 30 ਸਾਲ ਤੋਂ ਪਹਿਲਾਂ ਵੀ ਪਾਣੀ ਸੀ ਹੁਣ ਵੀ ਪਾਣੀ ਹੈ ਵਜਾ ਕੀ ਹੈ ਗੁਰੂ ਦੀ ਮਾਤਰੀ ਲਈ ਫਰਕ ਵੇਖਿਓ ਮੈਂ ਐਸਾ ਨਹੀਂ ਕਿ ਤਾਂ ਸਾਰੇ ਜਾਣ ਵਾਲੇ ਇਦਾਂ ਦੇ ਬਰੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਚ ਚੇਂਜ ਲਿਆਂਦਾ ਹੈ ਫਰਕ ਪਾਇਆ ਏ ਜਿਨ੍ਹਾਂ ਦੇ ਜਿਨ੍ਹਾਂ ਦੀ ਰਹਿਣੀ ਬਹਿਣੀ ਵਿੱਚ ਜਿਨ੍ਹਾਂ ਦੇ ਜ਼ਿੰਦਗੀ ਜੁਣ ਵਿੱਚ ਫਰਕ ਪਿਆ ਏ ਹੁਣ ਇਥੇ ਸ਼ਬਦ ਵਰਤਿਆ ਮੈਂ ਹੈਰਾਨ ਹੁਣ ਹੋਇਆ ਵੀ ਲੋਕ ਦਹੀਂ ਦੇ ਭਲੇਖੇ ਪਾਣੀ ਡੜਕ ਰਹੇ ਨੇ ਦਹੀਂ ਛੱਡ ਕੇ ਪਾਣੀ ਡੜਕ ਰਹੇ ਨੇ ਤੇ ਦਹੀਂ ਕੀ ਹੈ ਗੁਰੂ ਦੀ ਮਤ ਪਾਣੀ ਕੀ ਹੈ ਮਨ ਦੀ ਮਤ ਹੁਣ ਆਪੇ ਦੱਸਿਓ ਸਮਾਜ ਜ਼ਿਆਦਾਤਰ ਮਨ ਦੀ ਮਤ ਵਰਤ ਰਿਹਾ ਕਿ ਗੁਰੂ ਦੀ ਮਤ ਵਰਤ ਰਿਹਾ ਆਪੇ ਜਵਾਬ ਦਿਓ ਹੁਣ ਆਪਣੇ ਆਪਣੇ ਮਨ ਵਿੱਚ ਸਮਾਜ ਦੁਨੀਆ ਜਿਹਦੇ ਵਿੱਚ ਅਸੀਂ ਤੁਸੀਂ ਸਭ ਸਾਰੇ ਆਉਂਦੇ ਆ ਆਪਾਂ ਗੁਰੂ ਦੀ ਮਾਤ ਮੁਤਾਬਕ ਜੀਵਨ ਜੂਰੇ ਆ ਕਿ ਮਨ ਦੀ ਮਾਤ ਮੁਤਾਬਕ ਜੀਵਨ ਜੂਰੇ ਤੇ ਬਹੁਤਾਰ ਗਿਣਤੀ ਦਾ ਜਵਾਬ ਆਏਗਾ ਮਨ ਦੀ ਮਾਤ ਮੁਤਾਬਕ ਜੀਵਨ ਜੂਰੇ ਫਿਰ ਕੀ ਰੜਕਰੇ ਹੋਏ ਸੀ ਪਾਣੀ ਤੇ ਫਿਰ ਭਗਤ ਕਬੀਰ ਦੇ ਹੈਰਾਨੀ ਹੋਣ ਦਾ ਕੋਈ ਕਾਰਨ ਸੌਖਿਆਂ ਸਮਝ ਆ ਰਿਹਾ ਨਾ ਵੀ ਤਾਂ ਹੀ ਹੈਰਾਨ ਹੋਏ ਸੀ ਉਹ ਕਿ ਮਨ ਦੀ ਮਤ ਛੱਡ ਕੇ ਜਦੋਂ ਅਸੀਂ ਗੁਰੂ ਦੀ ਮਾਤਮ ਤავਕ ਜੀਵਨ ਜਿਊਵਾਂਗੇ ਸਮਝ ਲਓ ਸਾਡੇ ਕੋਲ ਦਹੀਂ ਹੈ ਇਹਦੇ ਵਿੱਚੋਂ ਕੁਝ ਨਿਕਲੇਗਾ ਕੋਈ ਜੀਵਨ ਪ੍ਰਾਪਤ ਹੋਏਗਾ ਹੁਣ ਐਸੋ ਅਚਰਜ ਦੇਖਿਓ ਕਬੀਰ ਦਦ ਕਹਿ ਪੋਲੇ ਬਰੋਲੇ ਨੀਰ ਚਲ ਹੋਰ ਸੋਖਾ ਸਮਝ ਲਈਏ ਹੁਣ ਇੱਥੇ ਸ਼ਬਦ ਵਰਤਿਆ ਪੰਡਿਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲੇ ਤਤ ਜਲ ਮਥੀਏ ਜਲ ਨੂੰ ਲੜਕੀਏ ਜਲ ਦੇਖੀ ਅੱਛਾ ਜਾਲ ਨੂੰ ਲੜਕਾਂਗੇ ਤਾਂ ਜਾਲ ਹੀ ਦੇਖਾਂਗੇ ਦਹੀਂ ਢੜਕਾਂ ਦੇ ਵਿੱਚੋਂ ਮੱਖਣ ਵੇਖਾਂਗੇ ਜਲ ਮਥੀਏ ਜਲ ਦੇਖੀਏ ਭਾਈ ਇਹ ਜੱਗ ਇਹਾ ਵਸ ਫਿਰ ਅਗੇ ਕਹਿੰਦੇ ਨੇ ਗੁਰਬੇਨ ਭਰਮ ਵੀ ਗੂਚੀਏ ਭਾਈ ਗੁਰੂ ਤੋਂ ਬਿਨਾ ਭਰਮਾਂ ਵਿੱਚ ਬੰਦਾ ਖਵਾਰ ਹੁੰਦਾ ਘਟ ਘਟ ਦੇਉ ਅਲਖ ਉਹ ਤਾਂ ਹਰ ਘਟ ਵਿੱਚ ਐ ਪਰ ਭਰਮ ਟੁੱਟਦਾ ਨਹੀਂ ਜਦੋਂ ਤੱਕ ਬੰਦਾ ਗੁਰੂ ਦੀ ਮਾਤਮ ਤੱਬਕ ਆਪਣਾ ਜੀਵਨ ਜਿਉਂਦਾ ਨਹੀਂ ਘਰ ਮੈਂ ਠਾਕੁਰ ਨਦਰ ਨਾ ਆਵੇ ਹਿਰਦੇ 'ਚ ਬਿਠਾ ਠਾਕੁਰ ਦਿਸਿਆ ਨਹੀਂ ਗਲ ਮੈਂ ਪਾਹਣ ਲੇ ਲਟਕਾਵੇ ਗਲ ਮੇ ਪਾਣ ਹੁਣ ਕਈ ਤੁਸੀਂ ਵਖੇ ਕਈ ਪੱਥਰ ਦਾ ਇਦਾਂ ਕੋਈ ਬੁੱਤ ਕੋਈ ਫੋਟੋ ਬਣਾ ਕੇ ਲਟਕਾਉਂਦੇ ਨੇ ਆਪਣੇ ਕਈ ਬਾਬਿਆਂ ਦੀਆਂ ਫੋਟੋ ਗਲ ਵਿੱਚ ਲੋਕਟ ਬਣਾ ਕੇ ਪਾ ਲੈਂਦੇ ਨੇ ਕਈ ਨੇ ਆਪਣੇ ਪਰਸ ਵਿੱਚ ਫੋਟੋ ਰੱਖੀ ਹੁੰਦੀ ਹੈ ਕਹਿੰਦੇ ਗਲ ਮੇ ਪਾਣ ਲੈ ਲਟਕਾਵੇ ਪਰ ਮੇ ਭੂਲਾ ਸਾਖਤ ਫਿਰਤਾ ਨੀਰਵਰੋ ਲੈ ਖਪ ਖਵ ਮਰਤਾ ਭਰਮ ਵਿੱਚ ਭੱਲਾ ਭੁੱਲਿਆ ਹੋਇਆ ਸਾਖਤ ਬੰਦਾ ਸੱਚ ਤੋਂ ਸਖਣਾ ਬੰਦਾ ਸਚਾਈ ਤੋਂ ਟੁੱਟਾ ਬੰਦਾ ਪਰ ਮੈਂ ਭੁਲਾ ਸਾਖਤ ਫਿਰਤਾ ਨੀਰ ਬਿਰੋਲੇ ਖੱਪ ਖੱਪ ਮਰਤਾ ਨੀਰ ਬਿਰੋਲਣ ਵਾਲਾ ਬੰਦਾ ਪਾਣੀ ਲੜਕਣ ਵਾਲਾ ਬੰਦਾ ਖੱਪ ਖੱਪ ਕੇ ਮਰ ਰਿਹਾ ਹੈ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਵਿਰਥ ਗਵਾ ਰਿਹਾ ਜਿਸ ਪਾਣ ਕੋ ਠਾਕੁਰ ਕਹਤਾ ਜਿਹੜੇ ਪੱਥਰ ਨੂੰ ਭਗਵਾਨ ਕਹਦਾ ਉਹ ਪਾਣ ਲੈ ਉਸ ਕੋ ਡੁੱਬਤਾ ਉਹ ਪੱਥਰ ਕਿੱਦਾਂ ਲੈ ਕੇ ਡੁੱਬਦਾ ਕੋਈ ਜੈਸੋ ਸੇ ਵੈ ਤੈਸੋ ਹੋਵੇ ਪੱਥਰ ਪੂਜ ਪੂਜ ਕੇ ਪੱਥਰ ਬਣ ਗਿਆ ਬੁੱਤ ਪੂਜ ਪੂਜ ਹਿੰਦੂ ਮੂਏ ਤਾਂ ਹੀ ਤਾਂ ਭਗਤ ਕਬੀਰ ਜੀ ਨੇ ਕਿਹਾ ਸੀ ਕਿ ਬੁੱਤ ਪੂਜ ਪੂਜ ਵੀ ਬੁੱਤ ਪੂਜ ਪੂਜ ਬੁੱਤ ਹੀ ਬਣ ਗਿਆ ਤੁਸੀਂ ਬੁੱਤ ਪੂਜ ਕੇ ਬੁੱਤ ਬਣੇ ਤਾਂ ਹੀ ਤੇ ਸਾਨੂੰ ਔਰਤ ਵਿੱਚੋਂ ਰੱਬ ਨਹੀਂ ਦਿਸ ਰਿਹਾ ਨਾਟਕ ਨਹੀਂ ਹੋ ਰਿਹਾ ਤੁਸੀਂ ਵੇਖੋ 4 ਦਿਨ ਪਹਿਲਾਂ ਆਪਾਂ ਕਿਦਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਜੂਪੀਦਰ ਜਿਹੜਾ ਮੁੱਖ ਮੰਤਰੀ ਕਿਦਾਂ ਇੱਕ ਬਨੇ ਲੜਕੀਆਂ ਨੂੰ ਬਿਠਾ ਕੇ ਤੇ ਉਹਨਾਂ ਦੀ ਪੂਜਾ ਕਰ ਰਿਹਾ ਹੈ ਤੇ ਦੂਜੇ ਬਨੇ ਤੁਸੀਂ ਵੇਖੋ ਰੇਵ ਵਰਗੀਆਂ ਘਟਨਾਵਾਂ ਤੇ ਬਨ ਕੇ ਸੂਲੀ ਤੇ ਨਾ ਟੰਗੇ ਜਾਂਦਾ ਇੱਕ ਅਦੇ ਠਾਕੁਰ ਦਾ ਬੱਚਾ ਟੰਗੇ ਹੋਵੇ ਘਟਨਾਵਾਂ ਮਤਲਬ ਵਾਪਰ ਨਹੀਂ ਆ ਜਿਹੜੇ ਘੱਟ ਸਕਦੀਆਂ ਨੇ ਕੋਈ ਇਦਾਂ ਤੇ ਕਾਨੂੰਨ ਬਣਨ ਤਾਂ ਕਿ ਮਤਲਬ ਉੱਚੇ ਆਉਂਦਿਆਂ ਤੇ ਬੈਠੇ ਹੋਏ ਬੰਦੇ ਜਿਹੜੇ ਆ ਉਹ ਆਪਣੀ ਅੱਖਾਂ ਮੀਟ ਕੇ ਇਦਾਂ ਦੇ ਬਿਆਨ ਦੇ ਰਹੇ ਫਿਲਮਾਂ 'ਚ ਕੰਮ ਕਰਨ ਵਾਲੀਆਂ ਜਿਹੜੀਆਂ ਹੀਰੋਨਾ ਉਹਨਾਂ ਦੇ ਬਿਆਨ ਵੇਖੋ ਇਹਨਾਂ ਸਟੇਟਮੈਂਟਾਂ ਤੁਸੀਂ ਵੇਖੋ ਕਿਦਾਂ ਦੀਆਂ ਭੀ ਇਹ ਤੇ ਭਾਰਤ ਦੀ ਸਭਿਅਤਾ ਜੀ ਹੁਣ ਇਹ ਸਭ ਤਾਂ ਜਦੋਂ ਤੁਹਾਡੇ ਘਰ ਨੂੰ ਅੱਗ ਲੱਗੀ ਤੁਹਾਡੀ ਕਿਸੇ ਤੀ ਭੈਣ ਨਾ ਹੋਇਆ ਤੇ ਫਿਰ ਸੋਚ ਕੇ ਵੇਖੋ ਸਮਾਜ ਸਾਡਾ ਕਿੱਥੇ ਕਿੱਥੋਂ ਕਿੱਥੇ ਪਹੁੰਚ ਗਿਆ ਵਜਾ ਕੀ ਉਹਦੇ ਪਿੱਛੇ ਇੱਕ ਕਾਰਨ ਆ ਕਿ ਜਿੱਦਾਂ ਦੀ ਖੁਰਾਕ ਮਨ ਨੂੰ ਦਿੱਤੀ ਜਾਂਦੀ ਮਨ ਉਦਾਂ ਤਾਂ ਹੁੰਦਾ ਇਹਨਾਂ ਦਾ ਵਾਸਤੇ ਚ ਕਸੂਰ ਨਹੀਂ ਨਾ ਜਿੱਥੇ ਦੇਵੀ ਦੇਵਤੇ ਐਸੇ ਪੂਜੇ ਜਿਨ੍ਹਾਂ ਤੇ ਦੇਵੀ ਦੇਵਤਿਆਂ ਨਾਲ ਇਦਾਂ ਦੀਆਂ ਗੱਲਾਂ ਜੋੜੀਆਂ ਹੋਣ ਜਿੱਥੇ ਵਿਪਰ ਨੇ ਭਗਵਾਨ ਐਸੇ ਬਣਾ ਕੇ ਲੋਕਾਂ ਦੇ ਮੱਥੇ ਮੜੇ ਹੋਣ ਕੇ ਉਹ ਤੇ ਬਲਾਤਕਾਰ ਕਰਦੇ ਸੀ ਉਹਦੇ ਖਲੇ ਚੰਦਰਮਾਨ ਉਹਦੇ ਨਹੀਂ ਸੀ ਹੋਂਦ ਦਿੰਦੇ ਸੂਰਜ ਪਹਿਲਾਂ ਮਤਲਬ ਇਦਾਂ ਦੀਆਂ ਕਹਾਣੀਆਂ ਬਣਾ ਦਿੰਦੇ ਸੀ ਜਿਵੇਂ ਦਿਨ ਪਹਿਲਾਂ ਚੜਾ ਦਿੰਦੇ ਸੀ ਇਦਾਂ ਦੀਆਂ ਕਹਾਣੀਆਂ ਬਣਾ ਦਿਤੀਆਂ ਅਗਲੇ ਚੰਦਰਮਾ ਤੇ ਦਾਗਰ ਪਵਾਤਾ ਜੇ ਤੁਸੀਂ ਬਾਣੀ ਦੇ ਹਿਸਾਬ ਨਾਲ ਦੇਖੋਗੇ ਇਹ ਮੰਦਰ ਦੇ ਪੁਜਾਰੀ ਆਮ ਇਦਾਂ ਦੀਆਂ ਕਹਾਣੀਆਂ ਸੁਣਾਉਂਦੇ ਰਹੇ ਉਹਨਾਂ ਵਾਸਤੇ ਉਹ ਲੀਲਾ ਹੈ ਤਾਂ ਖੈਰ ਗੱਲ ਜਿਹੜੀ ਕਰ ਰਹੇ ਆ ਇੱਥੇ ਪੰਡਿਤ ਦਹੀਂ ਬਲੋਈਏ ਭਾਈ ਵਾਲੀ ਜਿਹੜੀ ਗੱਲ ਸੀ ਕਿ ਅਸੀਂ ਗੁਰੂ ਦੀ ਮਤ ਛੱਡ ਕੇ ਪਾਣੀ ੜਕਣ ਵਾਲੇ ਬੰਨੇ ਸਾਡਾ ਸਮਾਜ ਤੁਰਿਆ ਜਾ ਰਿਹਾ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸਕੋ ਡੁੱਬਦਾ ਗੁਨਾਗਾਰ ਲੂਣ ਹਰਾਮੀ ਪਾਹਣ ਨਾਵਨ ਪਾਰ ਕਰਮੀ ਨਾਵ ਕਹਿੰਦੇ ਨੇ ਕਿਸਤੀ ਨੂੰ ਕਹਿੰਦੇ ਪੱਥਰ ਦੀਆਂ ਬੇੜੀਆਂ ਬਣਾ ਕੇ ਕਦੀ ਪਾਰ ਨਹੀਂ ਲੰਘਿਆ ਜਾ ਸਕਦਾ ਪੱਥਰ ਤੇ ਆਪ ਡੁੱਬ ਜਾਂਦਾ ਇਹਦੀ ਪੂਜਾ ਕਰਨ ਵਾਲਾ ਤੂੰ ਕਿਦਾਂ ਤਰ ਜਾਏਂਗਾ ਭਲਾ ਤੂੰ ਇਸ ਕਰਕੇ ਐਸੋ ਅਚਰਜ ਦੇਖੇ ਕਬੀਰ ਦੱਦ ਕਹਿ ਭੋਲੇ ਬਰੋਲੇ ਨੀਰ ਰਹਾਉ ਇਹ ਰਹਾਉ ਦਾ ਬੰਦ ਹੈ ਕਹਿੰਦੇ ਹੁਣ ਦੇਈ ਛੱਡ ਕੇ ਪਾਣੀ ੜਕਣ ਵਾਲੇ ਮਨ ਦੀ ਹਾਲਤ ਕਿਦਾਂ ਦੀ ਹੋਈ ਹਰੀ ਅੰਗੂਰੀ ਗਧਾ ਚਰੇ ਜਿਵੇਂ ਗਧਾ ਸੁੱਕੇ ਪੱਠੇ ਖਾ ਖਾ ਕੇ ਆ ਪਿਆ ਸੀ ਉਹ ਹਰੀ-ਹਰੀ ਜਦੋਂ ਅੰਗੂਰੀ ਖਾਂਦਾ ਹੈ ਤੇ ਬੜਾ ਖੁਸ਼ ਹੁੰਦਾ ਹੈ ਪਰ ਜਦੋਂ ਕਿਸਾਨ ਨੂੰ ਕੋਈ ਜਾ ਕੇ ਦੱਸਦਾ ਤੇਰੇ ਖੇਤਾਂ 'ਚ ਕੋਈ ਆਵਾਰਾ ਪਸ਼ੂ ਵੜਿਆ ਉਹ ਕਰੋ ਡਾਂਗ ਚੱਕਦਾ ਜਾ ਕੇ ਗਧੇ ਦੇ ਲੱਕ 'ਚ ਮਾਰਦਾ ਫਿਰ ਹੀਂਗਦਾ ਹੈ ਨਾ ਅੰਗੂਰੀ ਖਾਂਣ ਵਾਲੇ ਖੁਸ਼ ਜਦੋਂ ਲੱਖ ਲੱਖ ਚ ਦਾੰਗ ਪੀਤੋ ਦੋਹੀ ਗਦਾ ਇੱਥੇ ਗੱਲ ਕੀ ਦੀ ਹੋ ਰਹੀ ਮੰਨ ਦੀ ਜਦੋਂ ਮਨ ਹਰੀ ਹਰੀ ਅੰਗੂਰੀ ਖਾਂਦਾ ਵਕਾਰ ਭੋਗਦਾ ਭੋਗਦਾ ਤੇ ਮਾਨੀ ਐ ਵਕਾਰ ਤੇ ਮਾਨੀ ਭੋਗਦਾ ਜਦੋਂ ਮਨ ਹਰੀ ਹਰੀ ਅੰਗੂਰੀ ਖਾਂਦਾ ਹੈ ਜਦੋਂ ਵਕਾਰ ਭੋਗਦਾ ਇਹਨੂੰ ਮਿੱਠੇ ਲੱਗਦੇ ਆ ਜਦੋਂ ਇਹਨੂੰ ਸੋਟਾ ਵੱਜਦਾ ਜਦੋਂ ਇਹਨੂੰ ਉਹਦਾ ਨਤੀਜਾ ਭੋਤਣਾ ਪੈਂਦਾ ਫਿਰ ਨਿਤ ਉੱਟ ਹਾਸੇ ਹੀ ਗਏ ਮਰੇ ਜਦੋਂ ਮਨ ਵਕਾਰ ਭੋਗਦਾ ਫਿਰ ਜਦੋਂ ਏਦਸ ਵਰਗੀਆਂ ਲਾ ਇਲਾਜ ਬਿਮਾਰੀਆਂ ਸੇੜਦਾ ਫਿਰ ਫਿਰ ਖਸਮ ਵਿਸਾਰ ਕੀਏ ਰਸਪੂਗ ਤਾਂ ਤਨ ਉੱਠ ਖਲੋਈ ਰੋਗ ਮਨੰਦੇ ਕੋ ਮਿਲੇ ਸਜਾਏ ਵੈਦਨਾ ਭੋਲੇ دارو ਲਾਏ ਫੇ ਚੀਕਾਂ ਹੀ ਤਾਂ ਮਾਰਦਾ ਹੈ ਨਾ ਹਰੀ ਅੰਗੂਰੀ ਗਧਾ ਚਰੇ ਜਿਵੇਂ ਗਧੇ ਨੇ ਹਰੀ ਅੰਗੂਰੀ ਖੁਸ਼ ਹੋ ਕੇ ਖਾਦੀ ਪਰੋਂ ਲੱਕ ਜਾਣ ਕੇ ਸੋਟਾ ਵਜਾ ਹੁਣ ਰਿਸ਼ਵਤ ਤੇ ਮਨ ਮਨ ਕਰਦਾ ਨਾ ਵੀ ਇੱਥੋਂ ਲਈਏ ਹਰੀ ਅੰਗੂਰੀ ਖਾਂਦਾ ਪਰ ਜਦੋਂ ਅਗਲੇ ਫੜ ਲੈਂਦੇ ਫੇ ਰਿਸ਼ਵਤ ਲੈਂਦੇ ਹਰੀ ਅੰਗੂਰੀ ਗਧਾ ਚਰੇ ਨੇਤ ਉਠ ਹੱਸੈ ਜਦੋਂ ਖਾਂਦਾ ਉਦੋਂ ਹੱਸਦਾ ਪਰੋਂ ਦਾ ਨਤੀਜਾ ਭੁਗਤਣਾ ਪੈਂਦਾ ਹੀਂ ਗੈ ਮਰੇ ਆਤਮਕ ਤੌਰ ਤੇ ਮਰਦਾ ਮਰੇ ਦਾ ਅਰਥ ਕੀ ਹੈ ਆਤਮਕ ਤੌਰ ਤੇ ਮਰਨਾ ਇਸੇ ਨੂੰ ਬਾਣੀਾਂ ਦੀਆਂ ਆਖਾਂ ਜੀਵਾ ਵਿਸਰੇ ਮਰ ਜਾਉ ਇੱਕ ਕਿਉਂ ਹੋਇਆ ਕਿਉਂਕਿ ਦਦ ਕਹਿ ਭੋਲੇਆ ਦਹੀਂ ਛੱਡ ਕੇ ਪਾਣੀ ਡਿੜਕ ਰਿਆ ਤਾਂ ਹੋਇਆ ਕਹਿੰਦੇ ਮਾਤਾ ਹੁਣ ਇੱਥੇ ਸ਼ਬਦ ਦੇਖੋ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਹੁਣ ਇਹ ਸ਼ਬਦ ਗੁਰਬਾਣੀ ਚ ਮਾਂ ਵਾਸਤੇ ਵੀ ਆਇਆ ਤੂੰ ਗੁਰਪਿਤਾ ਤੂੰ ਹੈ ਗੁਰ ਮਾਤਾ ਹੁਣ ਤੁਸੀਂ ਵੇਖੋ ਸਾਧ ਸੰਤ ਮਾਤਰਾਵਾਂ ਉਹੋ ਹੀ ਨੇ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਇੱਥੇ ਵੀ ਮਾਤਰਾਵਾਂ ਉਹ ਪਰ ਅਰਥ ਉਹ ਨਹੀਂ ਹੈਗੇ ਇੱਥੇ ਮਾਤਾ ਦਾ ਅਰਥ ਮੱਤਿਆ ਹੋਇਆ ਮਸਤ ਜਦੋਂ ਉੱਥੇ ਆਉਂਦਾ ਤੂੰ ਗੁਰਪਿਤਾ ਤੂੰ ਹੈਂ ਗੁਰ ਮਾਤਾ ਹੁਣ ਉੱਥੇ ਵੀ ਮੰਮੇ ਨੂੰ ਕੰਨਾ ਤੱਤੇ ਨੂੰ ਕੰਨਾ ਪਰ ਉੱਥੇ ਮਾਤਾ ਦਾ ਅਰਥ ਮਾਂ ਹੈ ਵੀ ਸਾਡੀ ਤੁਸੀਂ ਗੁਰੂ ਵੀ ਤੂੰ ਗੁਰਪਿਤਾ ਤੁਸੀਂ ਸਾਡੇ ਪਿਤਾ ਤੁਸੀਂ ਸਾਡੇ ਮਾਂ ਦਾ ਦਰਜਾ ਤੁਹਾਡਾ ਮਾਂ ਵੀ ਤੁਸੀਂ ਹੋ ਪਿਤਾ ਵੀ ਤੁਸੀਂ ਇੱਕ ਸ਼ਬਦ ਆਪਾਂ ਹੋਰ ਪੜ੍ਹਦੇ ਗੁਰੂ ਅਰਜਨ ਸਾਹਿਬ ਜੀ ਦਾ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣਾ ਮਾਇਆ ਮਦ ਮਾਤਾ ਉੱਥੇ ਵੀ ਸੇਮ ਇਹੋ ਸ਼ਬਦ ਹੈ ਉੱਥੇ ਵੀ ਮਾਤਾ ਦਾ ਅਰਥ ਹੈ ਮਸਤ ਹੁਣ ਇੱਥੇ ਆ ਮਾਤਾ ਮਸਤ ਹੋਇਆ ਇਹ ਪ੍ਰਕਰਨ ਮੁਤਾਬਕ ਵੇਖਣਾ ਆਪਾਂ ਵੀ ਕਿਹੜਾ ਸ਼ਬਦ ਕਿਸ ਕਿਸ ਪ੍ਰਕਰਨ ਵਿੱਚ ਕਿੱਥੇ ਉਦੇ ਕੀ मीनिंग ਹੋ ਸਕਦੇ ਨੇ ਇਹ ਉਹਨਾਂ ਸਰੋਤਿਆਂ ਵਾਸਤੇ ਐ ਜਿਹੜੇ ਸਰੋਤੇ ਬਾਣੀ ਸਮਝ ਕੇ ਪੜਨ ਵਾਲੇ ਨੇ ਮਾਤਾ ਪੈਂਸਾ ਪੈਂਸਾ ਕਹਿੰਦੇ ਨੇ ਮਾਲੀ ਨੂੰ ਇਹਨੂੰ ਸੰਡਾ ਵੀ ਕਹਿੰਦੇ ਆ ਮਾਲੀ ਵੀ ਕਹਿੰਦੇ ਆ ਮਾਲੀ ਮਾਤਾ ਪੈਂਸਾ ਮਤਿਆ ਹੋਇਆ ਪੈਂਸਾ ਅਮੂਹ ਅਮੂਹ ਕਹਿੰਦੇ ਅਮੋੜ ਜਦੋਂ ਮਸਤ ਹੁੰਦਾ ਨਾ ਮਾਲੀ ਮਾਲੀ ਚ ਇੱਕ ਬੜੀ ਵੱਡੀ ਪ੍ਰੋਬਲਮ ਐ ਜਦੋਂ ਕਦੇ ਛੱਪੜ ਚੋਂ ਟੋਬੇ ਚੋਂ ਨਾ ਆ ਕੇ ਨਿਕਲਦਾ ਨਾ ਤੁਹਾਨੂੰ ਕਾ ਸਿੰਗਾਣਾ ਮਿੱਟੀ ਪੱਟੀ ਜਾਂਦਾ ਜਦੋਂ ਘਾਰ ਆਉਂਦਾ ਕਈ ਵਾਰੀ ਕੰਧਾ ਨਾ ਕਸਰੀ ਜਾਂਦਾ ਜਿਹੜੀ ਖੁਰਲੀ ਚ ਉਹਨੂੰ ਪੱਠੇ ਪਾਏ ਹੁੰਦੇ ਸਿੰਘ ਦੇ ਨਾਲ ਉਹ ਖੁਰਲੀ ਕਈ ਵਾਰੀ ਚੱਕ ਲੈਂਦਾ ਜਿਹੜੇ ਕਿਲੇ ਨਾਲ ਬੱਧਾ ਹੁੰਦਾ ਉਹਨੂੰ ਉਹਦੇ ਨਾਲ ਸਿੰਘ ਫਸਾਈ ਜਾਂਦਾ ਸਿੰਘ ਢਾਈ ਜਾਣਾ ਉਹਨੇ ਹੁਣ ਇੱਥੇ ਗੱਲ ਕਿਹਦੀ ਹੋ ਰਹੀ ਪਲਾ ਇੱਥੇ ਗੱਲ ਮੰਨਦੀ ਹੋ ਰਹੀ ਹੈ ਕਿਹੜੇ ਮੰਨਦੀ ਜਿਹੜਾ ਦਹੀਂ ਦੇ ਭਲੇਖੇ ਪਾਣੀ ਡੜ ਕਰਿਆ ਸੀ ਪਹਿਲਾਂ ਗਦੇ ਦੀ ਗੱਲ ਕਰਤੀ ਹੁਣ ਭੈਂਸਾ ਦੀ ਗੱਲ ਕਰਤੀ ਗੱਲ ਮੰਨਦੀ ਹੋ ਰਹੀ ਇੱਥੇ ਹੁਣ ਇਥੇ ਕਿਹਾ ਮਾਤਾ ਪੈਂਸਾ ਅਮੂਹਾ ਜਾਏ ਪੈਂਸਾ ਕਹਿੰਦੇ ਨੇ ਅਮੋੜ ਨੂੰ ਜਿਹੜਾ ਅਮੋੜ ਜਿਵੇਂ ਮਾਲੀ ਭਾਵੇਂ ਜੋ ਮਰਜੀ ਹੋਵੇ ਨਾ ਉਹ ਅੜਦਾ ਪੂਰਾ ਅੱਗੇ ਜਿਵੇਂ ਮੰਨ ਨਹੀਂ ਹੁੰਦਾ ਕਈ ਕਈਆਂ ਦੇ ਮਨ ਵੇਖੋ ਕਿ ਵਿਆਹ ਸ਼ਾਦੀ ਜਾਣ ਨਾ ਉਥੇ ਅੜੀ ਜਾਣਾ ਉਹਨਾਂ ਨੇ ਬਹਿਸ ਕਰੀ ਜਾਣੀ ਐਵੇਂ ਬਿਨਾਂ ਵਜ੍ਹਾ ਨਿਕਲਣਾ ਵਿੱਚੋਂ ਕੱਖ ਨਹੀਂ ਕਈ ਤੁਸੀਂ ਬੰਦੇ ਵੇਖੇ ਨਾ ਪਤਾ ਵੀ ਹੁੰਦਾ ਵੀ ਝੂਠੇ ਅੜੀ ਜਾਣਾ ਉਹਨਾਂ ਨੇ ਬਹਿਸ ਕਰੀ ਜਾਣੀ ਅੱਗੇ ਉਹ ਕੌਣ ਨੇ ਅਸਲ ਵਿੱਚ ਅਸਲ ਦੇ ਵਿੱਚ ਉਹ نسل ਜਿਹੜੀ ਹੈ ਨਾ ਉਹ ਪੈਂਸੀ ਦੀ ਆ ਵੀ ਪਛਾਣ ਜਦ ਜਿਵੇਂ ਮਾਲੀ ਮਾੜਾ ਵੀ ਹੋਵੇ ਨਾ ਉਹ ਸਿੰਘ ਡੌਣੋਂ ਹਟਦਾ ਨਹੀਂ ਸਿੰਘ ਕਈ ਮਾਰੀ ਏਡੇ ਪੜੇ ਸਿੰਘ ਤੜਾ ਲਿੰਦੇ ਆ ਸਿੰਘ ਤੋਂ ਨਿਕਲ ਜਾਂਦਾ ਲੜਦਿਆਂ ਲੜਦਿਆਂ ਪਰ ਸਿੰਘ ਟੁੱਟੇ ਦੇ ਲਹੂ ਲਹਾਨ ਹੋਣ ਤੋਂ ਬਾਅਦ ਵੀ ਗਾਂ ਟੁੱਟਾ ਮਾਰਨੋਂ ਨਹੀਂ ਹਟਦੇ ਕਈ ਬੰਦੇ ਤੁਸੀਂ ਵੇਖਿਆ ਨੇ ਇਹਦਾ ਰਿਸ਼ਤੇਦਾਰੀਆਂ ਚੱਲ ਜਾਣ ਹੁੰਦੇ ਝੂਠੇ ਅਬ ਜੇ ਉਹ ਬਾਬੇ ਦੇ ਹੱਕ ਚ ਉਹਨਾਂ ਨੇ ਆਪਣਾ ਸਿੰਘ ਤੜਾ ਲੈਣਾ ਸਿੰਘ ਤਣਾਉ ਦਾ ਅਰਥ ਵੀ ਉੱਥੇ ਭਾਵੇਂ ਰਾਤ ਨੂੰ ਉਹ ਲੜਾਈ ਹੋ ਜੇ ਉਸ ਵਿਸ਼ੇ ਤੇ ਪੈ ਕੇ ਜ਼ਰੂਰੀ ਨਹੀਂ ਲੜਾਈ ਨਸ਼ੇੜੀਆਂ ਦੀ ਹੁੰਦੀ ਕਈ ਵਾਰੀ ਧਾਰਮਿਕ ਮੁੱਦਿਆਂ ਤੇ ਵੀ ਬਹਿਸ਼ ਛਿੜ ਪੈਂਦੀ ਆ ਹੁਣ ਮੰਨ ਲਓ ਕਿਸੇ ਦਾ ਕੋਈ ਸਾੰਡੂ ਇਦਾਂ ਦਾ ਹੋਵੇ ਕਿ ਬਾਬੇ ਨੂੰ ਮੰਨਦਾ ਹੋਵੇ ਕਰਮਾਤੀ ਸਾਖੀਆਂ ਨੂੰ ਸੁਣਦਾ ਹੋਵੇ ਤੇ ਦੂਜਾ ਸਾੰਡੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੋਵੇ ਤੇ ਕਿਤੇ ਉਹਨਾਂ ਦੀ ਵਿਚਾਰ ਛਿੜ ਪਵੇ ਤੇ ਫਿਰ ਹਲਕੇ ਉਹਦੀ ਪਿੱਛੋਂ ਘਰ ਵਾਲੀ ਆਉਂਦੀ ਕਹਿੰਦੀ ਵੀ ਤੁਸੀਂ ਨਾ ਐ ਕਰੋ ਵੀ ਇੱਥੋਂ ਉੱਠ ਕੇ ਤੁਸੀਂ ਦੂਜੇ ਰੂਮ 'ਚ ਆ ਜਾਓ ਤੇ ਤੁਹਾਡੇ ਸਿੰਘ ਫਾਜ ਜਾਣੇ ਤੁਹਾਡੇ ਇੱਕਦਰਾ ਸਿੰਘ ਟੁੱਟ ਜਾਣਾ ਜਿਹੜਾ ਉਹ ਚੋ ਸਿਆਣਾ ਹੁੰਦਾ ਉਹ ਕਹਿੰਦਾ ਮੈਨੂੰ ਭਾਈ ਬਖਸ਼ਲਾ ਮੈਨੂੰ ਨਹੀਂ ਆਉਂਦਾ ਤੈਨੂੰ ਜ਼ਿਆਦਾ ਪਤਾ ਹੁਣ ਗੱਲ ਤੇ ਉਹ ਸੀ ਵੀ ਹੁਣ ਉਹ ਕੀ ਕਰੇ ਵਿਚਾਰਾ ਉਹਦੇ ਅੰਦਰ ਹੁਣ ਸੰ ਉਹ ਪੈਸਾ ਨੂੰ ਟਿਕੜ ਨਹੀਂ ਦਿੰਦਾ ਉਹ ਫਿਰ ਕੋਦ-ਕੋਦ ਮਾਤਾ ਪੈਸਾ ਮਤਿਆ ਹੋਇਆ ਪੈਸਾ ਅਮੂਹਾ ਜਾਏ ਅਮੋੜ ਕੋਦ-ਕੋਦ ਚਲੇ ਉਹ ਕੋਦ-ਕੋਦ ਕਹਿੰਦਾ ਦਰੀਲਾ ਕੱਢ-ਕੱਢ ਕੇ ਅੱਛਾ ਬਾਬੇ ਨੂੰ ਪਤਾ ਵੀ ਨਹੀਂ ਹੁੰਦਾ ਬਾਬਾ ਆਪਣੀ ਗੁਫਾ ਸੁਤਾਂ ਹੁੰਦਾ ਉਹਦੇ ਹੱਕ 'ਚ ਫਿਰ ਕਿਦਾਂ ਦਰੀਲਾ ਦਿੰਦਾ ਕਈ ਲੀਡਰਾਂ ਦੇ ਹੱਕ 'ਚ ਕਈ ਤੁਸੀਂ ਵੇਖਿਆ ਕਈ ਲੀਡਰਾਂ ਦੇ ਹੱਕ 'ਚ ਦਰੀਲਾ ਦਿੰਦਾ ਸਾਡਾ ਲੀਡਰ ਇਦਾਂ ਕਹਿੰਦਾ ਝੂਠ ਬੋਲਦਾ ਕਦੇ ਹਮ ਜਿਹੜੇ ਬੰਦੇ ਲੀਡਰਾਂ ਦੇ ਹੱਕ ਵਿੱਚ ਵਾ ਉਹ ਕਿਦਾਂ ਜਾ-ਜਾ ਕੇ ਪੈਸਾ ਕਰਦੇ ਆ ਕਾਸ਼ ਕਿਤੇ ਅਸੀਂ ਆਪਣੇ ਗੁਰੂ ਦੀ ਵਫਾਦਾਰੀ ਕੀਤੀ ਹੁੰਦੀ ਜੇ ਅਸੀਂ ਕਿਸੇ ਨਾ ਵਿਚਾਰ ਕਰਨੀ ਤੇ ਗੁਰੂ ਦੇ ਹੱਕ ਚ ਵਿਚਾਰ ਕਰਦੇ ਸੀ ਜਿਵੇਂ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਸੀ ਵੀ ਸਤ ਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਵੀ ਸਤ ਗੁਰੂ ਨੂੰ ਛੱਡ ਕੇ ਬੰਦਾ ਬੰਦੇ ਦਾ ਬੰਦਾ ਬਣ ਗਿਆ ਤੇ ਫਿਰ ਉਹਦੇ ਹੱਕ ਵਿੱਚ ਫਿਰ ਪੈਸਾ ਬਣ ਕੇ ਫਿਰ ਲੜਦਾ ਦੂਜਿਆਂ ਨਾਲ ਮਾਤਾ ਪੈਸਾ ਅਮੂਹਾ ਜਾਏ ਅਮੂਹਾ ਅਮੋੜ ਤੇ ਕੁੱਦ-ਕੁੱਦ ਚਰੈ ਇਹ ਕੁੱਦ-ਕੁੱਦ ਜਰੇ ਰਸਾਤਲ ਪਾਇ ਮਤਲਬ ਰਸਾਤਲ ਪਾਇ ਵੀ ਕਿਤੇ ਲੜਦੇ ਨੇ ਛੱਪੜ ਜਾ ਵੜਦੇ ਆ ਖੂਚ ਡਿੱਗਣ ਤੱਕ ਜਾਂਦੇ ਆ ਸਿੰਘ ਟੁੱਟ ਜਾਂਦਾ ਵਾ ਮੁੱਦਾ ਹੋ ਕੇ ਡਿੱਗਦਾ ਵਾ ਪਿੱਛੇ ਨਹੀਂ ੜਦਾ ਇਹ ਗੱਲ ਕਿਹਦੀ ਹੋਰੀ ਭਲਾ ਮੰਨਦੀ ਮਨ ਜਦੋਂ ਬੁਰਿਆਂ ਕੰਮਾਂ ਵਾਲੇ ਬੰਨੇ ਪੈਂਦਾ ਵਾ ਪਰਿਵਾਰ ਬਰਬਾਦ ਕਰਾ ਪੈਂਦਾ ਵਾ ਜ਼ਮੀਨਾਂ ਵਿਕ ਜਾਂਦੀਆਂ ਵਾ ਜਿਹੜੇ ਘਰਾਂ ਦੀਆਂ ਜਾਇਦਾਦਾਂ ਦੇ ਮਾਲਕ ਸੀ ਦੂਜਿਆਂ ਦੇ ਘਰਾਂ 'ਚ ਬਰਤਨ ਮਾਂਜਣ ਲਈ ਪਰਿਵਾਰ ਦੀਆਂ ਔਰਤਾਂ ਮਜਬੂਰ ਹੋ ਜਾਂਦੀਆਂ ਪਰ ਮਨ ਅਮੋੜ ਆ ਉਸ ਢੀਠਫੁਣੇ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਬਾਦਸ਼ਾਹਤ ਭੋਗਣ ਵਾਲਾ ਖਾਨਦਾਨ ਜਿਹੜਾ ਮਨ ਬਾਦਸ਼ਾਹਤ ਭੋਗਣ ਵਾਲਾ ਸੀ ਉਹ ਰੋਡ ਤੇ ਆ ਜਾਂਦਾ ਪਰ ਇਹ ਮਨ ਮਾਲੀ ਦੀ نسل ਮਾਲੀ ਦੀ ਭੈਂਸੇ ਦੀ ਸੰਡੇ ਦੀ ਜੂਨ ਭੋਗ ਰਿਆ ਹੁਣ ਇਹ ਉਹਨਾਂ ਸਰੋਤਿਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਵੀ ਜੂਨਾ ਇੱਥੇ ਭੋਗ ਰਿਆ ਮੰਨ ਕੇ ਅੱਗੇ ਦੀ ਗੱਲ ਹੋ ਰਹੀ ਹੈ ਭਲਾ ਇੱਥੇ ਅਸੀਂ ਪਾਣੀ ਰੜਕ ਰਿਹਾ ਹੁਣ ਇਹ ਚੀਜ਼ਾਂ ਵੇਖ ਕੇ ਤੇ ਭਗਤ ਕਬੀਰ ਜੀ ਮੈਂ ਤੇ ਹੈਰਾਨ ਹੋ ਗਿਆ ਕਿਤੇ ਮਾਤਾ ਪੈਸਾ ਅਮੋਹ ਜਾਏ ਕੋਦ-ਕੋਦ ਚਰੈ ਰਸਾਤਲ ਪਾਏ ਕੋਦ-ਕੋਦ ਕੇ ਫਿਰ ਐ ਰਸਾਤਲ ਰਸਾਤਲ ਨਰਕ ਨੂੰ ਕਹਿੰਦੇ ਵੀ ਪਾਵ ਗਰਾਵਟ ਵਾਲੇ ਬੰਨੇ ਤੁਰਿਆ ਜਾ ਰਿਹਾ ਹੁਣ ਇਥੋਂ ਤੱਕ ਅਸੀਂ ਦੋ ਬੰਦ ਸ਼ਬਦ ਤੇ ਤੀਸਰੇ ਬੰਦ ਵਿੱਚ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਪਰਗਟ ਪਈ ਖੇੜ ਭਗਤ ਕਵੀ ਜੀ ਕਹਿੰਦੇ ਅਸਲ ਚ ਹੁਣ ਮੈਨੂੰ ਗੱਲ ਸਮਝ ਆ ਗਈ ਆ ਵੀ ਇਹ ਗੱਲ ਵਾਫਰ ਦੀ ਕਿਉਂ ਆ ਧਿਆਨ ਨਾਲ ਸੁਣਿਓ ਹੁਣ ਕਹਿੰਦੇ ਹੁਣ ਇਹ ਗੱਲ ਖੇੜ ਪ੍ਰਗਟ ਹੋ ਗਈ ਆ ਇਹ ਗੱਲ ਜਗਜਾਰ ਹੋ ਗਈ ਜਿਸ ਗੱਲ ਤੋਂ ਮੈਂ ਹੈਰਾਨ ਹੋ ਰਿਹਾ ਸੀ ਨਾ ਉਹ ਗੱਲ ਹੁਣ ਜਗਜਾਰ ਹੋ ਗਈ ਆ ਪ੍ਰਗਟ ਹੋ ਗਈ ਆ ਕਿਹੜੀ ਵੀ ਇੱਥੇ ਕੰਮ ਹੀ ਉਲਟਾ ਹੋਇਆ ਪਿਆ ਲੇਲੇ ਕੋ ਚੁੰਗੇ ਨੇ ਝਪੇੜਾ ਚੁੰਗਣਾ ਤੇ ਲੇਲੇ ਨੇ ਢੇਡ ਨੂੰ ਸੀ ਹੁਣ ਕੁਦਰਤੀ ਗੱਲ ਆ ਬੱਚਾ ਹੀ ਮਾਂ ਦਾ ਦੁੱਧ ਪੀਂਦਾ ਇੱਥੇ ਕੰਮ ਹੀ ਉਲਟਾ ਹੋਇਆ ਪਿਆ ਲੇਲੇ ਕੋ ਲੇਲੇ ਨੂੰ ਪੋਤਨੂ ਲੇਲੇ ਕੋ ਚੁੰਗੇ ਨੀ ਤੇ ਭੇਡ ਲੇਲੇ ਨੂੰ ਭੇਡ ਚੁੰਗ ਰਹੀ ਆ ਹੁਣ ਦੱਸੋ ਇੱਥੇ ਲੇਲੇ ਨੂੰ ਕਿਹੜੇ ਹੁਣ ਤੁਸੀਂ ਤੁਸੀਂ ਵੇਖੋ ਬਈ ਲੇਲੇ ਨੂੰ ਭੇਡ ਕਿਦਾ ਚੁੰਗ ਸਕਦੀ ਹੁਣ ਸੇ ਭਗਤ ਕਬੀਰ ਜੀ ਨੇ ਲੇਲੇ ਕੋ ਚੁੰਗੇ ਨੀ ਤੇ ਭੇਡ ਹੁਣ ਲੱਭੋਣ ਲੇਲਾ ਜਿਹਨੂੰ ਭੇਡ ਚੁੰਗਦੀ ਆ ਜਿਹੜੇ ਸੰਪਰਦਾਇ ਡੇਰੇਦਾਰ ਸਾਨੂੰ ਕਦੇ ਬਾਣੀ ਤੇ ਤੁਸੀਂ ਤਰ ਕਰਦੇ ਜੋ ਭਲਿਓ ਇਹ ਸਾਰੇ ਮਨ ਨੂੰ ਸਮਝਾਉਣ ਲਈ ਗੱਲਾਂ ਕੀਤੀਆਂ ਮੱਛੀ ਰੁਕ ਤੇ ਚੜੇ ਨਾ ਚੜੇ ਸਾਡਾ ਇਹਦਾ ਨਾਲ ਸੰਬੰਧ ਨਹੀਂ ਹੈਗਾ ਕਈ ਸਾਨੂੰ ਝੂਠੀਆਂ ਕਰਨ ਵਾਸਤੇ ਨਾ ਉਹ ਲੱਭਦੇ ਫਿਰਦੇ ਇਦਾਂ ਦਿਲਾਂ ਦਿੰਦੇ ਫਿਰਦੇ ਵੀ ਇਦਾਂ ਹੁੰਦਾ ਵੀ ਬਾਣੀ ਕਹਿੰਦੀ ਜੋ ਮਛਲੀ ਬਿਨ ਪਾਣੀ ਆ ਕੋ ਜੀਵਨ ਪਾਵੇ ਦੱਸੋ ਫਿਰ ਬਾਣੀਆਂ ਦੀ ਮੱਛੀ ਤੋਂ ਪਾਣੀ ਤੋਂ ਬਿਨਾ ਮੱਛੀ ਜਿਉਂਦੀ ਨਹੀਂ ਰਹਿ ਸਕਦੀ ਬਾਣੀਆਂ ਭਾਈ ਗੁਰਦਾਜ ਕਹਿੰਦੇ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ ਉਹ ਇਦਾਂ ਦੀਆਂ ਦਿਲਾਂ ਬਣਾ ਮੜ ਕੇ ਹੁਣ ਨਾਲੇ ਤੁਹਾਡੇ ਕੋਲ ਕੀ ਗਾਰੰਟੀ ਕੀ ਪ੍ਰੂਫ ਆ ਤੁਸੀਂ ਜਾ ਕੇ ਉੱਤੇ ਲੱਗੇ ਜਾ ਕੇ ਵੇਖਿਓ ਵੀ ਵਾਕੇ ਉਹ ਮੱਛੀ ਐ ਹੋਦਾ ਕੋਈ ਹੋਰ ਜਾਨਵਰ ਹੋਵੇ ਮੰ ਲੋ ਕੋਈ ਹੋਰ ਜਨਵਰੀ ਵੀ ਹੋ ਸਕਦਾ ਪਰ ਐਦਾਂ ਬਣਾ ਬਣਾ ਕੇ ਕਹਾਣੀਆਂ ਇਹਦਾ ਨਾਲੇ ਦੱਸੋ ਵੀ ਉਹ ਪਾਣੀ ਤੋਂ ਬਿਨਾ ਸਵਾਲ ਇਹ ਸੀ ਵੀ ਪਾਣੀ ਤੋਂ ਬਿਨਾ ਪਾਣੀ ਤੋਂ ਬਿਨਾ ਗੱਲ ਤੇ ਉੱਥੇ ਬੰਦੇ ਇੱਕ ਜਿਹੜੀ ਗੱਲ ਉੱਥੇ ਸ਼ਬਦ ਵਰਤੇ ਸੀ ਨਾ ਭਗਤ ਕਬੀਰ ਜੀ ਨੇ ਕਿ ਜਲ ਕੀ ਮਛਲੀ ਤਰਵਰ ਬਈ ਆਈ ਪਾਣੀ ਚ ਰਹਿਣ ਵਾਲੀ ਮੱਛੀ ਰੁਖ ਤੇ ਜਾ ਚੜੀ ਦੇਖ ਤੋ ਕੁਤਰਾ ਲੈ ਗਈ ਗਏਬ ਲੈ ਗਈ ਬਲਾਈ ਉਹਦਾ ਮਤਲਬ ਸੀ ਇਹ ਜੀਵ ਰੂਪੀ ਮੱਛੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ ਇਹ ਜੀਵ ਸੰਗਤ ਰੂਪੀ ਜਲ ਤੋਂ ਬਿਨਾਂ ਨਹੀਂ ਰਹਿੰਦਾ ਜਿਵੇਂ ਮੱਛੀ ਪਾਣੀ ਤੋਂ ਛੱਡ ਕੇ ਰੁੱਖ ਤੇ ਨਹੀਂ ਜਾ ਸਕਦੀ ਇਦਾਂ ਹੁਣ ਇਸ ਜੀਵ ਰੂਪੀ ਮੱਛੀ ਨੇ ਸੰਗਤ ਰੂਪੀ ਜਲ ਛੱਡ ਕੇ ਵਿਸ਼ਿਆ ਵਿਕਾਰਾਂ ਦੇ ਰੁੱਖਾਂ ਨੂੰ ਆਪਣਾ ਆਸਰਾ ਬਣਾ ਲਿਆ ਹੈ ਅਛਾ ਮੰਦੀ ਖੇਡ ਨਾ ਸਮਝ ਕੇ ਇਹ ਮੱਛੀਆਂ ਲੱਭਦੇ ਫਿਰਦੇ ਹੁਣ ਮੇਰਾ ਸਵਾਲ ਉਹਨਾਂ ਨੂੰ ਮੈਨੂੰ ਉਹ ਲੇਲਾ ਤੇ ਭੇਡ ਜਰੂਰ ਵਿਖਾਇਓ ਹੁਣ ਉਹ ਵੀ ਲੱਭ ਕੇ ਵਿਖਾਇਓ ਆ ਜਿਹੜੇ ਕਈ ਮਤਲਬਾਂ ਬਣਾ ਬਣਾ ਕੇ ਡਿਸਕਵਰੀ ਦੀਆਂ ਇਦਾਂ ਲੱਭ ਲੱਭ ਕੇ ਸਾਨੂੰ ਭੇਜਦੇ ਆ ਨਾ ਸਾਡੇ WhatsApp ਗਰੁੱਪਾਂ 'ਚ ਵੀ ਆ ਵੇਖੋ ਜੀ ਇੱਥੇ ਇਦਾਂ ਡੇਰੇਦਾਰ ਜਿਹੜੇ ਆ ਇਹ ਡੇਰੇਦਾਰਾਂ ਦੇ ਚੇਲੇ ਚੇਲੀਆਂ ਇਦਾਂ ਦੇ ਲੱਭ ਲੱਭ ਕੇ ਮੈਨੂੰ ਵੇਖੋ ਜੀ ਇਦਾਂ ਹੋ ਗਿਆ ਜੀ ਆਹ ਵੇਖੋ ਜੀ ਤੁਸੀਂ ਬਾਣ ਦੇ ਨਿੰਦਕ ਜੇ ਹੁਣ ਮੇਰਾ ਸਵਾਲ ਆ ਮੈਨੂੰ ਉਹ ਲੇਲਾ ਲੱਭ ਕੇ ਵਿਖਾਇਓ ਜਿਹਨੂੰ ਭੇਡ ਚੁੰਗਦੀ ਆ ਜ਼ਰੂਰ ਵਿਖਾਓ ਮੈਨੂੰ ਉਹ ਵੀਡੀਓ ਜ਼ਰੂਰ ਭੇਜਿਓ ਲੇਲੇ ਕੋ ਚੁੰਗੇ ਨਿਤ ਭੇੜ ਇਥੇ ਲਿਖਿਆ ਲੇਲੇ ਕੋ ਚੁੰਗੇ ਨਿਤ ਭੇੜ ਤੇ ਮੈਨੂੰ ਉਹ ਮੱਝ ਵੀ ਵਿਖਾਓ ਕਿਹੜੀ ਜਿੱਥੇ ਲਿਖਿਆ ਘੋੜੇ ਚਾਰ ਭੈਣ ਸਿ ਚਰਾਵਣ ਜਾਈ ਘੋੜੇ ਉੱਤੇ ਚੜ ਕੇ ਮੱਝ ਚੁਗਣ ਜਾਂਦੀ ਆ ਇਹਨਾਂ ਚੁੱਕ ਚੱਕ ਕੇ ਚੜਾ ਵੀ ਦੇਣੀ ਆ ਇਹ ਬੜੇ ਠੀਠ ਵਾ ਇਹਨਾਂ ਨੇ ਇਹ ਕੰਮ ਕਰ ਦੇਣਾ ਪਰ ਮੈਨੂੰ ਵਿਖਾਓ ਜ਼ਰੂਰ ਉਹ ਜਿਹੜੀ ਘੋੜੇ ਤੇ ਚੜ ਕੇ ਮੱਝ ਚੁਗਣ ਜਾਂਦੀ ਆ ਹੁਣ ਕਮਾਲ ਦੀ ਗੱਲ ਐ ਤੇ ਗੱਲਾਂ ਮਾਨੂੰ ਸਮਝਾਈਆਂ ਸੀ ਪਰ ਗੱਲ ਇਹ ਵੀ ਇਹਨਾਂ ਦੇ ਉਹ ਖਾਣੇ ਗੱਲ ਪੈਣੀ ਨਹੀਂ ਨਾ ਤੇ ਮੂੰਹ ਬਨ ਬਨ ਕੇ ਸੰਪੜ ਪਾੜ ਤੇ ਕੋਤਰੀਆਂ ਕੀਤੀਆਂ ਗੂਗਲ ਤੱਕਾਏ ਨੇ ਵਿਚਾਰਿਆਂ ਨੇ ਸਾਰੀ ਜ਼ਿੰਦਗੀ ਉੱਥੇ ਉੱਥੇ ਚੱਕਰ ਵੀ ਉਹ ਹੈ ਸਾਡਾ ਮੰਨਣਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਹਰ ਪੌੜੀ ਹਰ ਸਲੋਕ ਮਨੁੱਖੀ ਮਨ ਨੂੰ ਸਮਝਾਇਆ ਗੁਰਦੇਵ ਜੀ ਨੇ ਐਗਜ਼ੈਂਪਲਾਂ ਦੇ ਦੇ ਕੇ ਹੁਣ ਇੱਥੇ ਸ਼ਬਦ ਵਰਤਿਆ ਕੋ ਕਬੀਰ ਪ੍ਰਗਟ ਭਈ ਖੇੜ ਲੇਲੇ ਕੋ ਚੁੰਗੇ ਨੇ ਤੇ ਪੇੜ ਇੱਥੇ ਲੇਲਾ ਤੇ ਪੇੜ ਕੀ ਹੈ ਇੱਥੇ ਲੇਲਾ ਹੈ ਮਨ ਪੇੜ ਹੈ ਮਤ ਜਾਨੀ ਕਿ ਮਤ ਦੇ ਪਿਛੇ ਲਗਣਾ ਸੀ ਲੇਲੇ ਮਨ ਨੇ ਜਿਹਨੂੰ ਆਪਾਂ ਅਰਦਾਸ ਵਿੱਚ ਕਿਨੇ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਮਤ ਨੇ ਉੱਚੀ ਹੋਣਾ ਸੀ ਮਨ ਨੀਵਾ ਹੋਣਾ ਸੀ ਜਾਨੀ ਕਿ ਕਮਾਂਡ ਮਤ ਨੇ ਕਰਨੀ ਸੀ ਤੁਸੀਂ ਇੱਕ ਚੀਜ਼ ਨੋਟ ਕਰਿਓ ਗਲਤੀ ਮਨ ਕਰਦਾ ਧਿਆਨ ਨਾਲ ਸੁਣਿਓ ਗਲਤੀ ਮਨ ਕਰਦਾ ਉਲਾਮਾ ਕਿਨੂੰ ਮਿਰਦਾ ਮਤ ਨੂੰ ਧਿਆਨ ਨਾਲ ਸੁਣਿਆ ਇਸ ਗੱਲ ਜਿਹੜੋ ਕੋ ਮਨ ਲਓ ਕਿਸੇ ਬੰਦੇ ਨੇ ਨਸ਼ਾ ਨਹੀਂ ਬੰਦੇ ਨੇ ਨਸ਼ੇ ਦੀ ਸੌਹ ਪਾਈ ਮੈਂ ਨਸ਼ਾ ਨਹੀਂ ਕਰਨਾ ਉਹ ਕਿਸੇ ਵਿਆਹ ਸ਼ਾਦੀ ਗਿਆ ਉਥੇ ਕਾਰ ਆਇਆ ਨਸ਼ਾ ਮਲੋਂ ਨੇ ਕਿਆ ਸੀ ਘਰ ਦੇ ਕਹਿੰਦੇ ਤੈਨੂੰ ਅਹੀਂ ਵਿਆਹ ਨਹੀਂ ਲੈ ਕੇ ਜਾਣਾ ਤੇ ਤੇਰੀ ਨਸ਼ ਤੇਰੀ ਸ਼ਰਾਬ ਬੜੀ ਮਾੜੀ ਹੈ ਤੂੰ ਹਰ ਵਾਰ ਬੇਇੱਜ਼ਤੀ ਕਰਾਉਣਾ ਸਾਡੀ ਬੱਚਿਆਂ ਨਾਲ ਜਾਈਦਾ ਉਥੇ ਤੂੰ ਉਥੇ ਜਾਦੀ ਪੀ ਲੀਨਾ ਵਾ ਫਿਰ ਸਾਡੀ ਇੱਜ਼ਤ ਕੋਈ ਨਹੀਂ ਰਹਿੰਦੀ ਕਹਦਾ ਠੀਕ ਹੈ ਕਰਕੇ ਨਹੀਂ ਪੀਦਾ ਲੈ ਜਾਓ ਮੈਨੂੰ ਲੈ ਕੇ ਜੀ ਉਥੇ ਪੀ ਲਿਓ ਨੇ ਫਿਰ ਹੋ ਘਮ ਹੋਇਆ ਜਦੋਂ ਨੂੰ ਉਹਨਾਂ ਪੁੱਛਿਆ ਕਿਉਂ ਕੀਤਾ ਕਹਿੰਦਾ ਬਾਰ ਬਾਰ ਕਹਿੰਦੇ ਫਿਰ ਮੇਰਾ ਮਨ ਕਰ ਰਿਹਾ ਮੈਂ ਕਰਦਾ ਕੀ ਕੀਤਾ ਉਹਨੇ ਮਨ ਕਰ ਆਇਆ ਹੁਣ ਜਦੋਂ ਉਹ ਉਹਨੂੰ ਉਹ ਉਹਨੂੰ ਘਰ ਦੇ ਕਹਿੰਦੇ ਆ ਕੋਈ ਉਹਦੀ ਵਾਈਫ ਕਹਿੰਦੀ ਆ ਜਾਂ ਉਹਦਾ ਡੈਡੀ ਮੰਮੀ ਕਹਿੰਦੇ ਕੀ ਕਹਿੰਦੇ ਤੇਰੀ ਮਤ ਮਾਰੀ ਗਈ ਸੀ ਕਦੀ ਕਿਸੇ ਨੇ ਕਿਹਾ ਤੇਰਾ ਮਨ ਮਾਰਿਆ ਗਿਆ ਸੀ ਉਹਨੇ ਕਿਹਾ ਮੇਰਾ ਮੇਰਾ ਮਨ ਕਰ ਆਇਆ ਰਿਸ਼ਵਤ ਲੈਣ ਲੱਗਿਆ ਕੀ ਕਿਹਾ ਮਨ ਮਨ ਚ ਬਸ ਗੱਲ ਆਈ ਮੈਂ ਕਿਹਾ ਨਹੀਂ ਕਰ ਲਈਏ ਮਨ ਕਰ ਆਇਆ ਵਕਾਰ ਮਨ ਭਗਦਾ ਹੈ ਉਲਾਮਾ ਮਾਂ ਨੂੰ ਮਿਲਦਾ ਹੈ ਗਲਤੀ ਪੁੱਤ ਕਰਦਾ ਹੈ ਉਲਾਮਾ ਮਾਂ ਨੂੰ ਮਿਲਦਾ ਹੈ ਪਿਤਾ ਨੂੰ ਮਿਲਦਾ ਹੈ ਤੇ ਜਦੋਂ ਪੁੱਤ ਚੰਗੇ ਕੰਮ ਕਰਦਾ ਹੈ ਸ਼ਾਬਾਸ਼ ਮਾਂ ਨੂੰ ਮਿਲਦੀ ਹੈ ਤਾਂ ਖਸਰ ਮਾਂ ਲਾਲੀ ਪਿਓ ਲਾਲਾ ਮੇਰਾ ਹਾਂ ਲਾਲ ਜਦੋਂ ਲੜਕੀ ਸਹੁਰੇ ਘਰ ਜਾ ਕੇ ਚੰਗੇ ਕੰਮ ਕਰਦੀ ਹੈ ਨਾ ਉਹ ਲੜਕੀ ਦੀ ਸ਼ੋਭਾ ਨਹੀਂ ਹੁੰਦੀ ਪਿੱਛੇ ਮਾਂ ਦੀ ਸ਼ੋਭਾ ਹੁੰਦੀ ਹੈ ਕਈ ਵਾਰੀ ਉਹ ਮਾਂ ਤੇ ਹੁਣ ਆਪਣੀ ਧੀ ਦੇ ਸਾਰੀ ਹੋ ਸਕਦਾ ਉਹ ਇੰਨੇ ਸਾਲਾਂ ਚ ਇੱਕ ਅੱਧੀ ਰਾਤ ਰਹੀ ਹੋਵੇ ਪਰ ਜਦੋਂ ਉਹਦੇ ਹੱਥ ਦਾ ਖਾਣਾ ਖਾਂਦੇ ਨੇ ਗੱਲਾਂ ਬਾਤਾਂ ਹੁੰਦੀਆਂ ਕਿਤੇ ਇਹ ਦੀ ਮਾਂ ਬੜੀ ਸਿਆਣੀ ਸੀ ਮਾਂ ਨੇ ਚੰਗੇ ਸੰਸਕਾਰ ਦੇ ਕੇ ਪਾਲਿਆ ਨੂੰ ਇਹ ਤੋਂ ਸਮਝਾਈ ਨਾ ਵੀ ਗੱਲ ਬੱਚੇ ਰਾਹੀਂ ਮਾਂ ਮਾਂ-ਬਾਪ ਦੀ ਤਾਰੀਫ ਹੋਈ ਹੁਣ ਇਹ ਤੇ ਸ਼ਬਦ ਵਰਤਿਆ ਲੇਲੇ ਕੋ ਚੁੰਗੇ ਨਿਤ ਪੇੜ ਚੁੰਗਣਾ ਤੇ ਲੇਲੇ ਨੇ ਭੇੜ ਨੂੰ ਸੀ ਯਾਨੀ ਕਿ ਮਨ ਨੇ ਮਤ ਦੀ ਕਮਾਂਡ ਮੰਨਣੀ ਸੀ ਮਤ ਨੇ ਮਤ ਦੀ ਗੋਦ ਵਿੱਚ ਮਨ ਨੇ ਪੜਨਾ ਸੀ ਕੰਮ ਉਲਟਾ ਹੋ ਗਿਆ ਲੇਲੇ ਕੋ ਚੁੰਗੇ ਨੇ ਭੇਡ ਜਿਹੜੀ ਆ ਨਾ ਲੇਲੇ ਦੇ ਮਗਰ ਮਗਰ ਤੁਰੀ ਫਿਰਦੀ ਆ ਤੇ ਮੰਨ ਤੇ ਹੈ ਬੜਾ ਠੀਠ ਹੈ ਹੁਣ ਦੱਸੋ ਗੱਲ ਤੇ ਮੰਦੀ ਹੋ ਰਹੀ ਏ ਇਥੇ ਇਥੇ ਲੇਲੇ ਭੇਡ ਤੋਂ ਆਪਾਂ ਕੀ ਲੈਣਾ ਮੰਨ ਲਓ ਮੰਨ ਲਓ ਲੇਲੇ ਭੇਡ ਤੋਂ ਆਪਾਂ ਕੀ ਲੈਣਾ ਸੋਚੀਏ ਵੀ ਕੀ ਗੁਰਬਾਣੀ ਗੁਰੂ ਸਾਹਿਬ ਮੱਛੀਆਂ ਨੂੰ ਰੁੱਖਾਂ ਤੇ ਚੜਾਉਣਾ ਆਏ ਸੀ ਗੁਰੂ ਸਾਹਿਬ ਭੈਂਸੇ ਨੂੰ ਕੋਰੇ ਚਰ ਭੈਂਚਰਾ ਕੋੜਿਆਂ ਤੇ ਭੈਂਸ ਚੜਾਉਣ ਵਾਸਤੇ ਆਏ ਸੀ ਵੀ ਕੋਰੇ ਚਰ ਭੈਂਚਰਾਉਣ ਜਾਈ ਗੁਰੂ ਸਾਹਿਬ ਇਹ ਬਾਣੀ ਇਸ ਕੰਮ ਲਈ ਗੁਰੂ ਸਾਹਿਬ ਨੇ ਉਚਾਰਨ ਕੀਤੀ ਸੀ ਭਲਾ ਗੁਰੂ ਸਾਹਿਬ ਨੇ ਐਸ ਮਨ ਨੂੰ ਸਮਝਾਇਆ ਐਥੇ ਬਲਦ ਬੈਠਾ ਐਥੇ ਸੱਪ ਬੈਠਾ ਜਿਹਨੂੰ ਵੇਖ ਕੇ ਗੁਰੂ ਨੂੰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਹੁਣ ਗੁਰੂ ਸਾਹਿਬ ਜੀ ਨੇ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤਿਆਂ ਨੂੰ ਲਾਇਆ ਪਸ਼ੂ ਪ੍ਰੇਤ ਹੁਣ ਪਸ਼ੂ ਤੇ ਪ੍ਰੇਤ ਮੁਕਤ ਪੈ ਸ਼ਰੋਤੇ ਹੁਣ ਪਸ਼ੂ ਸ਼ਰੋਤਾ ਕਿਦਾਂ ਬਣ ਗਿਆ ਜਾਨੀ ਕਿ ਪਸ਼ੂ ਬਿਰਤੀ ਦੀ ਗੱਲ ਹੈ ਤੇ ਮੁਗਤ ਪੈਸੋਂ ਤੇ ਹਰਨਾਮਾ ਮੁੱਕ ਗਿਆ ਹੁਣ ਇੱਥੇ ਲੇਲੇ ਕੋ ਚੁੰਗੇ ਨੇ ਤੇ ਪੇੜ ਮਨ ਲੈ ਲੈ ਮਤ ਪੇੜ ਹੈ ਕਮਾਂਡ ਕਰਨੀ ਸੀ ਮਤ ਨੇ ਮਤ ਉੱਚੀ ਹੁੰਦੀ ਮਨ ਨੀਵਾ ਹੁੰਦਾ ਕੰਮ ਉਲਟਾ ਹੋ ਗਿਆ ਮਨ ਉੱਚਾ ਹੋ ਗਿਆ ਤੇ ਮਤ ਨੀਵੀ ਹੋ ਗਈਏ ਮਨ ਹੰਕਾਰ ਨਾਲ ਭਰਿਆ ਪਿਆ ਮਤ ਤੇ ਬਹੁਤੀ ਤਾਂ ਹੀ ਆਂ ਤੇ ਤੇਰੀ ਮਤ ਮਾਰੀ ਸੀ ਤੇਰੀ ਬੁੱਧੀ ਪ੍ਰਸ਼ਤੀ ਗਈ ਸੀ ਤੇਰੀ ਤੇ ਮਤ ਹੀ ਮਾਰੀ ਗਈ ਸੀ ਤੂੰ ਆ ਕਦਮ ਚੱਕ ਲਿਆ ਇਥੋਂ ਤੱਕ ਸੀ ਭਗਤ ਕਬੀਰ ਜੀ ਦਾ ਸ਼ਬਦ ਹੁਣ ਗੁਰਵਰਜਨ ਸਾਹਿਬ ਜੀ ਕਹਿੰਦੇ ਕਬੀਰ ਸਾਹ ਗੱਲ ਤੁਹਾਡੀ ਚ ਵਜਨ ਵੜਾ ਹੈ। ਆਲਾ ਦਰਜੇ ਦੀ ਗੱਲ ਹੈ ਤੁਹਾਡੀ, ਸਰਾ ਗੱਲ ਹੈ ਤੁਹਾਡੀ। ਪਰ ਆਪ ਗੱਲ ਥੋੜੀ ਜਿਹੀ ਖੋਲਦੀ ਹੋਰ। ਆਪ ਗੱਲ ਥੋੜੀ ਜਿਹੀ ਹੋਰ ਖੋਲਿਏ ਵੀ ਆ ਸਾਰੀ ਖੇਰ ਜਿਹੜੀ ਪ੍ਰਗਟ ਪਈ ਖੇੜਾ ਇਹ ਆਈ ਕਿੱਥੋਂ ਆ? ਜਿਹੜੀ ਕੋ ਕਬੀਰ ਪ੍ਰਗਟ ਪਈ ਖੇੜਾ ਇਹ ਖੇੜ ਪ੍ਰਗਟ ਹੋਈ ਕਿੱਥੋਂ ਆ? ਆਪਾਂ ਦਸੀਏ ਵੀ ਨਾ ਮੇਨ ਵੀ ਪ੍ਰਗਟ ਹੋਈ ਕਿੱਥੋਂ ਆ? ਤੇ ਗੁਰਵਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਅਗਲਾ ਬੰਦ ਨਾਲ ਐਡ ਕੀਤਾ। ਕਹਿੰਦੇ RAM ਰਮਤ। RAM ਨੂੰ ਰਮਤਿਆ ਪਾਵ ਰਮਦਾਰਥ RAM ਵਿੱਚ ਇਕਮਿਕ ਹੋਇਆ ਜਦੋਂ ਮਤ RAM ਵਿੱਚ ਇਕਮਿਕ ਹੋ ਗਈ ਮਤ ਪ੍ਰਗਟਈ ਆਈ ਹੁਣ ਆ ਗਈ ਨਾ ਗੱਲ ਅੱਗੇ ਮਤ ਪਿਛੇ ਪਿਛੇ ਭੇੜ ਗਿਆ ਇੱਥੇ ਮਤ ਕਹੇ ਤਾਂ ਗੱਲ ਕਲੀਰ ਹੋ ਗਈ ਜਮ ਕਿਹਦੀ ਗੱਲ ਹੋ ਰਹੀ ਆ RAM ਰਮਤ ਮਤ ਪ੍ਰਗਟਈ ਮਤ ਪ੍ਰਗਟ ਹੋ ਗਈ ਹੁਣ ਮਤ ਚੀ ਹੋ ਗਈ ਹੈ ਹੁਣ ਮਤ ਉੱਚੀ ਹੋਣ ਕਰਕੇ ਖੇਡ ਦਾ ਪਤਾ ਲੱਗ ਗਿਆ ਵੀ ਲੇਲੇ ਨੂੰ ਭੇੜ ਚੁੰਗ ਰਹੀ ਸੀ ਤਾਂ ਸਾਰਾ ਕੁਝ ਵਾਪਰੇ ਸੀ ਕਹੋ ਕਬੀਰ ਮਤ ਪ੍ਰਗਟਈ ਆਈ ਕਹਿਣ ਲੱਗਾ RAM ਰਮਤ ਮਤ ਪ੍ਰਗਟਈ ਕਾਹ ਕਬੀਰ ਹੇ ਕਬੀਰ ਆ ਗਾ ਲਾਖ ਹੁਣ ਇਹ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਵੀਰ ਦਾ ਨਾਮ ਲਿਆ ਕਾਹ ਕਬੀਰ ਗੁਰ ਗੁਰ ਦੇ ਰਾਹੇ ਨੂੰ ਸਿਆਰੀ ਹੈ ਕਾਹ ਕਬੀਰ ਗੁਰ ਗੁਰੂ ਨੇ ਸੋਜੀ ਪਾਈ ਇਹ ਮੈਨੂੰ ਸੋਝੀ ਦਿੱਤੀ ਹੋਈ ਆ ਇਸ ਨੂੰ ਕਹਦੇ ਭੂਲੇ ਮਾਰਗ ਜਨੇ ਬਤਾਇਆ ਐਸਾ ਗੁਰਬਾਣੀ ਭਾਗ ਹੀ ਪਾਇਆ ਹੁਣ ਦੋਸਤੋ ਕਿੰਨੀ ਕਿੰਨੀ ਸਿੱਧੀ ਸਪਸ਼ਟ ਭਾਸ਼ਾ ਚ ਇਹ ਗੱਲ ਕਹੀ ਹੈ ਗੁਰੂ ਸਾਹਿਬ ਜੀ ਕਿ ਨੂੰ ਸਪਸ਼ਟ ਪਛਾਛ ਚ ਭਗਤਕ ਬੀਜ ਨੇ ਗੱਲ ਸਮਝਾਈ ਹੈ ਇਹ ਚ ਉਲਝਣ ਕੀ ਹੈ ਦੱਸੋ ਸਾਹਿਬ ਉਲਝਣ ਹੈਗੀ ਹੈ ਆਮ ਜਦ ਕਰ ਕਰਕੇ ਮਤਲਬ ਐਦਾਂ ਦੀਆਂ ਕਹਾਣੀਆਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਤਾਂ ਇਸ ਕਰਕੇ ਇਹ ਗੱਲ ਆਪੀ ਪਹਿਲਾਂ ਵੀ ਦੁਹਾਈ ਸੀ ਗੁਰਬਾਣੀ ਨੂੰ ਐਦਾਂ ਸਮਝੋ ਕਿ ਰੋ ਪ੍ਰੈਕਟੀਕਲ ਗੁਰਬਾਣੀ ਪ੍ਰੈਕਟੀਕਲ ਜੀਵਨ ਜਾਂਚ ਦੀ ਗੱਲ ਕਰਦੀ ਹੈ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਪੇਸ਼ ਕਰਦੇ ਹਾਂ ਸੰਪਰਦਾਇ ਡੇਰਦਾਰਾਂ ਦੇ ਜਿਹੜੇ ਚੇਲੇ ਨੇ ਉਹ ਇਦਾਂ ਕਰ ਇਹ ਤਾਂ ਨਿੰਦਕ ਨੇ ਜੀ ਅਸੀਂ ਮੰਨਦੇ ਹਾਂ ਹੁਣ ਤੁਹਾਡੇ ਬਾਬਿਆਂ ਮੁਤਾਬਕ ਸਾਡੇ ਕੋਲ ਵਿਚਾਰ ਹੁੰਦੀ ਨਹੀਂ ਆ ਤੁਹਾਡੇ ਬਾਬੇ ਨੂੰ ਨਾਂ ਅਸੀਂ ਮੰਨਣਾ ਹੈ ਤੇ ਨਾਂ ਸਾਡੇ ਕੋਲ ਮੰਨਿਆ ਜਾਣਾ ਹੈ ਤੇ ਜੇ ਤੁਹਾਡੇ ਬਾਬਿਆਂ ਨੂੰ ਨਾਂ ਮੰਨਣਾ ਹੀ ਤੁਹਾਡੇ ਮੁਤਾਬਕ ਨਿੰਦਿਆ ਹੈ ਅਸੀਂ ਪ੍ਰਵਾਨ ਕਰਦੇ ਹਾਂ ਵੀ ਅਸੀਂ ਨਿੰਦਕਾਂ ਕਿਉਂਕਿ ਸਾਡੇ ਕੋਲ ਤੁਹਾਡੇ ਬਾਬਿਆਂ ਦੀਆਂ ਪ੍ਰਕਰਮਾ ਨਹੀਂ ਹੋਣੀਆਂ ਤੁਹਾਡੀਆਂ ਇੱਕੋਤਰੀਆਂ ਤੇ ਸੰਪਟ ਪਾਠਾ ਗਾੜੀ ਸਾਡੇ ਕੋਲੋਂ ਸਿਰਨੇ ਝੁਕਾਇਆ ਜਾਣਾ ਸਾਡੇ ਕੋਲੋਂ ਤੁਹਾਡੇ ਡੇਰੇਦਾਰਾਂ ਵਾਲੀ ਉਹ ਭਾਸ਼ਾ ਬੋਲੀ ਨਹੀਂ ਜਾਣੀ ਸਾਡੇ ਕੋਲੋਂ ਤੁਹਾਡੇ ਉੱਥੇ ਜਿਹੜੀਆਂ ਬਰਸੀਆਂ ਹੁੰਦੀਆਂ ਉਹਨਾਂ ਦੇ ਸੋਲੇ ਗਾਏ ਨਹੀਂ ਜਾਣੇ ਤੇ ਤੁਸੀਂ ਸਾਨੂੰ ਨਿੰਦਕ ਕਹਿਣਾ ਹੀ ਕਹਿਣਾ ਇਹ ਫੈਸਲਾ ਸੰਗਤ ਹੁਣ ਕਰ ਚੁੱਕੀ ਆ ਤੇ ਜਾਦੀ ਦੇਰ ਹੁਣ ਜਿਵੇਂ ਇੱਥੇ ਪ੍ਰਗਟ ਪਈ ਖੇਡ ਨਾ ਇਹ ਵੀ ਹੁਣ ਖੇਡ ਪ੍ਰਗਟ ਹੋ ਚੁੱਕੀ ਆ ਇਹ ਖੇਡ ਹੁਣ ਗੱਲ ਲੁਕੀ ਸ਼ਿਪੀ ਦੀ ਸੰਗਤਾਂ ਨੂੰ ਸਮਝ ਆ ਚੁੱਕੀ ਆ ਵੀ ਤੁਸੀਂ ਵਿਚਾਰ ਆਪਣੀ ਦੇ ਜੋ ਅਸੀਂ ਇੱਧਰ ਗੁਰਬਾਣੀ ਦੀ ਵਿਚਾਰ ਦੇ ਜਾਂਦੇ ਨੇ ਸੰਗਤਾਂ ਆਪਣੇ ਆ ਫੈਸਲਾ ਕਰ ਲੈਣਾ ਵੀ ਰੋਜ਼ ਮਰਾਂ ਦੀ ਜ਼ਿੰਦਗੀ ਚ ਕਿਹੜੀ ਕੰਮ ਆਉਣ ਵਾਲੀ ਚੀਜ਼ ਆ ਹੁਣ ਸਪਸ਼ਟ ਕਹਿਤਾ ਵੀ ਦਹੀਂ ਦੇ ਭਲੇਖੇ ਲੋਕ ਪਾਣੀ ਰੜਕ ਰਹੇ ਆ ਤੇ ਮਨ ਦੀ ਮੱਤ ਪਾਣੀ ਆ ਗੁਰੂ ਦੀ ਮਾਤ ਦਈਆਂ ਤੇ ਆਪੇ ਸਮਾਜ ਫੈਸਲਾ ਕਰ ਲੈ ਵੀ ਅਸੀਂ ਪਾਣੀ ਰੜਕ ਰਿਆਂ ਕਿ ਦਹੀਂ ਰੜਕ ਰਿਆਂ ਸੋਖੀ ਸਮਝ ਐ ਸਿੱਧੀ ਜੀ ਪਾਸ਼ਾ ਦੀ ਗੱਲ ਐ ਵੀ ਹਰ ਬੰਦੇ ਨੂੰ ਸਮਝ ਆ ਰਹੀ ਐ ਤੁਸੀਂ ਕਰਕੇ ਸਾਸੰਗਤ ਜੀ 326 ਨੰਬਰ ਅੰਕ ਤੇ ਸ਼ਬਦ ਐ ਆ ਪੜੋ ਆਪ ਸਮਝੋ ਆ ਵਿਚਾਰੋ ਤੇ ਹਰ ਇੱਕ ਸ਼ਬਦ ਨੂੰ ਆਪਣੇ ਮਨ ਦੇ ਨਾਲ ਜੋੜ ਕੇ ਵੇਖੋ ਗੁਰੂ ਸਾਹਿਬ ਜੀ ਨੇ ਇਸ ਮਨ ਨੂੰ ਤਾਂ ਹੀ ਆਖਿਆ ਸੀ ਆ ਸਾਰੀਆਂ ਉਲਝਣਾ ਚੋਂ ਨਿਕਲ ਕੇ ਫਿਰ ਐ ਮਨ ਨੂੰ ਅਹਿਸਾਸ ਕਰੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗਰਮਤੀ ਰੰਗ ਮਾਣਾ ਸਾਰਿਆਂ ਦਾ ਧੰਨਵਾਦ ਜੀ ਅਦਬ ਸਤਿਕਾਰ ਨਾਲ ਫਤਿਬਲਾਓ ਬੜੇ ਪਿਆਰ ਨਾਲ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ